ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਬਲਤੇਜ ਪਰਨਦੀ ਸਤਿ ਸ਼੍ਰੀ ਅਕਾਲ ਪਰਵਾਨ ਹੋਵੇ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਤਾਂ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਰੇਲ ਹਾਦਸੇ ਵਾਲੀ ਹੈ ਔਰ ਇਸ ਹਾਦਸੇ ਦੇ ਵਿੱਚ ਸ਼ਿਕਾਰ ਵਾਲੇ ਹੋਣ ਵਾਲੇ ਜਿਹੜੇ ਲੋਕ ਨੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਸਾਡੀ ਡੂੰਗੀ ਹਮਦਰਦੀ ਹੈ ਕੌਣ ਜ਼ਿੰਮੇਵਾਰ ਹੈ ਬਲੇਮ ਗੇਮ ਪੰਜਾਬ ਦੇ ਵਿੱਚ ਬਹੁਤ ਵੱਡੀ ਐਸ ਵੇਲੇ ਚੱਲ ਰਹੀ ਹੈ ਜਿਹੜੇ ਰਾਜਨੀਤਿਕ ਲੋਕ ਨੇ ਉਹ ਇੱਕ ਦੂਜੇ ਨੂੰ ਦੋਸ਼ੀ ਠਹਿਰਾਏ ਜਾਂਦੇ ਕੋਈ ਰੇਲਵੇ ਨੂੰ ਕੜੀ ਸੀ ਫਰਦਾ ਕੋਈ ਪੁਲਿਸ ਨੂੰ ਜਿਹੜਾ ਓਕੜੀ ਸੀ ਫਰਦਾ ਅਸੀਂ ਸਾਰੇ ਪਰ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਕਿਤੇ ਤੈਅ ਨਹੀਂ ਹੋ ਰਹੀ ਕਿ ਲੋਕ ਜਿਹੜੇ ਉਹ ਕੀ ਕਰਨ ਕੀ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਉਹ ਡੜੀ ਪਟੜੀ ਆ ਉਹ ਫਾਸਟ ਟ੍ਰੇਨ ਦੇ ਵਾਸਤੇ ਆ ਤੇ ਕਾਨੂੰਨ ਜਿਹੜਾ ਉਹ ਇਹ ਕਹਿੰਦਾ ਹੈ ਕਿ ਉਹਦੇ ਉੱਤੇ ਖਲੋਤਾ ਤਾਂ ਕੀ ਉਹਨੂੰ ਲੰਘਿਆ ਵੀ ਨਹੀਂ ਜਾ ਸਕਦਾ ਕੋਈ ਥਾਵਾਂ ਤੋਂ ਜਿਹੜੀਆਂ ਖਾਸ ਥਾਵਾਂ ਨੇ ਫਾਟਕ ਵਗੈਰਾ ਜਿੱਥੋਂ ਲੰਘਣੇ ਨੇ ਤੇ ਫਾਟਕ ਬੰਦ ਹੋਣ ਤੇ ਵੀ ਲੋਕ ਜਿਹੜੇ ਉਹ ਰੁਕਦੇ ਨਹੀਂ ਕਰ ਇਸ ਤਰ੍ਹਾਂ ਦੇ ਹਾਦਸੇ ਨਾ ਹੋਣ ਕਦੇ ਵੀ ਨਾ ਹੋਣ ਇਹਦੇ ਵਾਸਤੇ ਸਰਕਾਰਾਂ ਦੀ ਕੁਝ ਜਿਹੜੀ ਜ਼ਿੰਮੇਵਾਰੀ ਆ ਉਹ ਤੈ ਹੋਣੀ ਜ਼ਰੂਰੀ ਆ ਹੁਣ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਨੇ ਕਿ ਅੱਗੋਂ ਜਿਹੜੀ ਪਰਮਿਸ਼ਨ ਲੈਣ ਦੇ ਵਾਸਤੇ ਕੁਝ ਜ਼ਿੰਮੇਵਾਰੀਆਂ ਹੋਣ ਗਿਆ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਲੋਕ ਇਸ ਹਾਦਸੇ ਨੂੰ ਨਹੀਂ ਭੁੱਲ ਜਾਂਦੇ ਪਰ ਪੰਜਾਬ ਦੇ ਵਿੱਚ ਜਾਂ ਸਮੁੱਚੀ ਦੁਨੀਆ ਦੇ ਵਿੱਚ ਬੈਠਾ ਜਿਹੜਾ ਭਾਈਚਾਰਾ ਹੈ ਉਹਦੀਆਂ ਨਿਗਾਹਾਂ ਅੱਜ ਜੜੀਆਂ ਦੀ ਉਹ ਲੱਗੀਆਂ ਹੋਈਆਂ ਨੇ ਜੋ ਕੁਝ ਪੰਜਾਬ ਦੇ ਵਿੱਚ 3 ਸਾਲ ਪਹਿਲਾਂ ਵਾਪਰਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਹਿ ਕੇ ਬੇਅਦਬੀ ਹੋਈ ਔਰ ਪੋਸਟਰ ਲਾ ਕੇ ਬੇਅਦਬੀ ਹੋਈ ਕਿ ਸਾਡੇ ਕੋਲੇ ਤੁਹਾਡਾ ਗੁਰੂ ਹੈ ਜੋ ਜਿਹਨੇ ਕਰਨਾ ਉਹ ਕਰਲੇ ਔਰ ਉਸ ਤੋਂ ਬਾਅਦ ਇਹ ਬੇਅਦਬੀ ਜਿਹੜੀ ਜਿਸ ਤਰੀਕੇ ਦੇ ਨਾਲ ਖੰਡਾਏ ਗਏ ਅੰਗ ਜਿਹੜੇ ਸਨ ਗੁਰੂ ਗ੍ਰੰਥ ਸਾਹਿਬ ਦੇ ਉਹ ਸਭ ਨੂੰ ਪਤਾ ਹੈ ਬਾਈਬਲ ਕਲਾਹ ਦੇ ਵਿੱਚ ਜੋ ਕੁਝ ਹੋਇਆ ਕੀ ਕੁਝ ਸਾਰਾ ਜਿਹੜਾ ਜੀ ਉਹ ਚੱਲਦਾ ਰਿਹਾ ਉਹਨੂੰ ਰਿਪੀਟ ਕਰਨ ਦੀ ਜਰੂਰਤ ਨਹੀਂ ਹੈ ਤੁਸੀਂ ਸਾਰੇ ਜਾਣਦੇ ਹੋ ਅੱਗੋਂ ਕੀ ਹੋਊਗਾ ਇਸ ਵੇਲੇ ਬਹੁਤ ਵੱਡਾ ਜਿਹੜਾ ਜੀ ਸਵਾਲ ਹੈ ਚੱਬੇ ਦੇ ਵਿੱਚ ਇਕੱਠ ਹੁੰਦਾ ਇੰਨਾ ਇਕੱਠ ਕੇ ਸਾਰੀਆਂ ਕਿਆਸ ਅਰਾਈਆਂ ਗਿਣਤੀਆਂ ਮਿੰਟੀਆਂ ਜਿਹੜੀਆਂ ਸਿਗੀਆਂ ਉਹ ਖਤਮ ਹੋ ਕੇ ਰਹਿ ਗਈਆਂ ਉਸ ਤੋਂ ਬਾਅਦ ਇਕੱਠ ਪਿਛਲੇ ਦਿਨੀ ਸਤ ਤਾਰੀਖ ਨੂੰ ਹੋਇਆ ਇੱਥੇ ਬਰਗਾੜੀ ਦੇ ਵਿੱਚ ਇੰਨਾ ਇਕੱਠ ਕੇ 20 ਕਿਲੋਮੀਟਰ ਤੱਕ ਜਾਮ ਜਿਹੜਾ ਉਹ ਲੱਗਿਆ ਰਿਹਾ ਫਿਰ 14 ਤਰੀਕ ਜਦੋਂ 3 ਸਾਲ ਹੋਏ ਪੂਰੇ ਦੋ ਜਾਨੇ ਜਿਹੜੇ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਸੀ ਉਸ ਦਿਨ ਫਿਰ ਇਕੱਠ ਜਿਹੜਾ ਦੀ ਹੋਇਆ ਕੀ ਇਕੱਠ ਜਿਹੜਾ ਉਹ ਹੋ ਜਾਣਾ ਕਿਸੇ ਸਮੱਸਿਆ ਦਾ ਹੱਲ ਹੈ ਉਹਦੇ ਵਿੱਚੋਂ ਕੀ ਜਿਹੜਾ ਦੀ ਉਹ ਨਿਕਲਦਾ ਚਾਹੇ ਉਹ ਚੱਬੇ ਵਾਲਾ ਇਕੱਠ ਹੋਵੇ ਸੱਤ ਵਾਲਾ ਇਕੱਠ ਹੋਵੇ 14 ਵਾਲਾ ਇਕੱਠ ਹੋਵੇ ਇਹਦੇ ਵਿੱਚੋਂ ਗੇਨ ਕੀ ਹੋਇਆ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਅੱਗੋਂ ਜਾਊਗਾ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਮੈਂ ਕਹੂੰਗਾ دہਾਕੇ ਤੋਂ ਉੱਪਰ ਹੋ ਗਿਆ ਇੱਕ ਵਿਅਕਤੀ ਜਿਹੜੇ ਵਨ ਮੈਨ ਆਰਮੀ ਹੀ ਹੈ ਉਹ ਲਗਾਤਾਰ ਜਿਹੜੇ ਜੀ ਉਹ ਬੋਲ ਰਹੇ ਨੇ ਇਹਨਾਂ ਇਸ਼ੂਜ਼ ਦੇ ਉੱਤੇ ਆ ਅੱਜ ਉਹ ਜਿਹੜੇ ਸਵਾਲ ਨੇ ਬਹੁਤ ਵੱਡੇ ਬਣ ਗਏ ਪਰ ਇਹਦੇ ਪਿੱਛੇ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਆ ਜੀ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਮਨਫ਼ੀ ਕਰਕੇ ਨਹੀਂ ਦੇਖਿਆ जा सकता है वो खुद इस हाईएस्ट स्टडी सीट है अकाल तक साहब दी उस सीट ਦੇ ਉੱਤੇ ਰਹੇ और ਇਹ ਠੀਕ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਜਿਹੜੇ ਉਹਨੂੰ ਹੁਕਮਨਾਮੇ ਕੁਝ ਜਾਰੀ ਕੀਤੇ ਗਏ ਸੰਦੇਸ਼ ਜਿਹੜੇ ਦਿੱਤੇ ਗਏ ਉਹਦੇ ਬਾਰੇ ਕੁਝ ਦੋਰਾਵਾਂ ਹੋ ਸਕਦੀਆਂ ਨੇ ਕੁਝ ਥਾਵਾਂ ਦੇ ਉੱਤੇ ਉਹਦੀ ਕੰਟਰੋਵਰਸੀ ਹੋ ਸਕਦੀ ਹੈ ਕੁਝ ਲੋਕ ਉਹਦੇ ਨਾਲ ਅਸਹਿਮਤੀ ਪ੍ਰਗਟ ਕਰ ਸਕਦੇ ਆ ਪਰ ਕਮ ਸੇ ਕਮ ਕਿਸੇ ਤਰ੍ਹਾਂ ਦੀ ਕੋਈ ਕ腐ਸ਼ਨ ਦੇ ਦੋਸ਼ ਤਾਂ ਨਹੀਂ ਲੱਗੇ ਦੇਹੋ ਜੇ ਦੋਸ਼ ਹੁਣ ਲੱਗ ਗਏ ਇਸ ਸੀਟ ਦੇ ਉੱਤੇ ਬੈਠਣ ਵਾਲੇ ਵਿਅਕਤੀ ਦੇ ਉੱਤੇ ਕ腐ਪਸ਼ਨ ਦੇ ਦੋਸ਼ ਲੱਗ ਜਾਣੇ ਇੱਕ ਸਵਾਲੀਆ ਚਿੰਦੜਾ ਦੀ ਬਹੁਤ ਵੱਡਾ ਖੜਾ ਹੋ ਗਿਆ ਅਕਾਲ ਤਖਤ ਦੇ ਜਥੇਦਾਰ ਨੇ ਅਸਿਫਤ ਅਸਤੀਫਾ ਦੇ ਦਿੱਤਾ ਪਿਛਲੇ ਦਿਨੀ ਲੈ ਲਿਆ ਉਹ ਜਿਆਦਾ ਜਿਹੜਾ ਜੀ ਬੈਟਰ ਲਫ਼ਜ਼ ਹੈ ਦਿੱਤਾ ਤਾਂ ਨਹੀਂ ਲੈ ਲਿਆ ਜਿਹੜਾ ਉਹ ਅਸਤੀਫਾ ਕਿਹੜੇ ਤਰੀਕੇ ਨਾਲ ਆਇਆ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ ਅੱਗੋਂ ਕੀ ਜਿਹੜਾ ਜੀ ਹੋਊਗਾ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੇ ਇਲੈਕਸ਼ਨ ਡਿਕਲੇਅਰ ਹੋ ਜਾਂਦੀਆਂ ਨੇ ਤੇ ਅੱਜ ਹਾਲਾਤ ਅਜੇ ਇਹ ਹੈਗੇ ਆ ਕਿ ਇੱਕ ਜਿਹੜਾ ਪਰਿਵਾਰ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਕਾਬਜ਼ ਆ ਜੀ ਨੇ ਇੰਨਾ ਕੁਝ ਕੀਤਾ ਉਹਨੂੰ ਪਾਸੇ ਕੀਤਾ ਜਾ ਸਕਦਾ ਹੈ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ ਕਿਉਂਕਿ ਇਸ ਵੇਲੇ ਜਿੰਨੀ ਧੜੇਬੰਦੀ ਜਿਹੜੀ ਆ ਜੀ ਉਹ ਹੋਈ ਪਈ ਆ ਕੋ ਕਿਤੇ ਬੈਠਾ ਕੋ ਕਿਤੇ ਲੱਗਿਆ ਹੋਇਆ ਕੋ ਕਿਤੇ ਲੱਗਿਆ ਹੋਇਆ ਇਹ ਸਾਰਾ ਕੁਝ ਕੀ ਹੋਊਗਾ ਇਸ ਸਭ ਕਾਸੇ ਦੇ ਵਾਸਤੇ ਅਸੀਂ ਫਾਇਰ ਲਾਈਨ ਦੇ ਵਿੱਚ ਗੱਲਬਾਤ ਦੇ ਵਾਸਤੇ ਇੱਕ ਵਾਰੀ ਫੇਰ ਸੱਦਾ ਦਿੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਦਸਤਦਾਰ ਭਾਈ ਰਣਜੀਤ ਸਿੰਘ ਜੀ ਪ੍ਰੋਗਰਾਮ 'ਚ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਜਿਹੜਾ ਜੀ ਜਾਣਨਾ ਚਾਹਣਾ ਆ ਆਪਾਂ ਜਿਹੜਾ ਮੌਜੂਦਾ ਜੋ ਕੁਛ ਇਹ ਅਸਤੀਫਾ ਆਇਆ ਹੁਣ ਜਿਹੜੇ ਤਰੀਕੇ ਦੇ ਨਾਲ ਆਇਆ ਉਹਦੇ ਸਕੱਤਰ ਦੇ ਵੱਲੋਂ ਆਇਆ ਜੀ ਪਹਿਲਾਂ ਉਹਦੇ ਤੇ ਕੋਈ ਸਾਇਨ ਉਹਨਾਂ ਦੇ ਹੈ ਨਹੀਂ ਸੀ ਮੁੜ ਕੇ ਜਿਹੜਾ ਦੀ ਉਹ ਆਇਆ ਇਹ ਅਸਤੀਫਾ ਦਿੱਤਾ ਗਿਆ ਜਾਂ ਅਸਤੀਫਾ ਲਿਆ ਗਿਆ ਲਿਆ ਗਿਆ ਲਿਆ ਗਿਆ ਤੇ ਇਹਦੀ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਰਾਮ ਰਹੀਮ ਨੂੰ ਮਾਫ ਕੀਤਾ ਸੀ ਉਹ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਕੰਮ ਲੇਕਨ ਗੁਰਬਾਜਨ ਸਿੰਘ ਅੜ ਗਿਆ ਸੀ ਤੋ ਉਹਦੇ ਕੋਲ ਆੜਨ ਲਈ ਇੱਕ ਹਥਿਆਰ ਸੀ ਬਾਦਲ ਦੀ ਚਿੱਠੀ ਕਿ ਤੁਸੀਂ ਇਹ ਵਾਪਸ ਲੈ ਲਓ ਹੁਣ ਰਾਮ ਰਹੀਮ ਦਾ ਹੁਕਮਨਾਮਾ ਇੱਕ ਸੀ ਸੁਖਵੀਰ ਦੀ ਚਿੱਠੀ ਕਿ ਇਹਨੂੰ ਚੇਕੋ ਇਹਨੂੰ ਮaaf ਕਰ ਦਿਓ ਮaaf ਕਰ ਦਿਓ ਉਹ ਦੋ ਅਸਲ ਚਿੱਠੀਆਂ ਉਹਦੇ ਕੋਲ ਪਈਆਂ ਤੇ ਉਹਨੇ ਕਿਹਾ ਸੀ ਵੀ ਅਸੀਂ ਸਾਨੂੰ ਤਾਂ ਲੋਕ ਮਾਰ ਦੇਣਗੇ ਵੀ ਜੇ ਤੁਸੀਂਾਨੂੰ ਧੱਕੇ ਨਾ ਕੱਢੋਗੇ ਤੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਤੇ ਦੱਸਾਂਗੇ ਵੀ ਤੁਸੀਂ ਸਾਥੋ ਕਰਵਾਇਆ ਉਹਦੇ ਲਈ ਇਹਨਾਂ ਨੂੰ ਸ਼ਰਮਸਾਰ ਹੋਣਾ ਪਿਆ ਜਾਂ ਇਹ ਡਰਦੇ ਸੀ ਵੀ ਸਾਡੀ ਹੋਰ ਜ਼ਿਆਦਾ ਖੇਲੇ ਉਡੋਗੇ। ਤੋਂ ਉਹਦੇ ਲਈ ਅੜਦੇ ਆ ਰਹੇ ਸੀ। ਕਦੀ ਇਹਨਾਂ ਨੇ ਗਰੰਥੀਆਂ ਤੋਂ ਬੇਸੀ ਕਰਾਈ, ਕਦੀ ਪੰਜ ਪਿਆਰਿਆ ਤੋਂ ਹੁਕਮ ਦਵਾਇਆ ਕਿ ਰਜ਼ਾਇਨ ਡਲਵੇ ਇਹਨਾਂ ਤੋਂ ਅਜ਼ੈਕਟ ਉੱਤੇ ਲੋਕ ਨਹੀਂ ਸੀ ਸਮਝ ਪਾ ਰਹੇ ਸਾਰੀਆਂ ਗੱਲਾਂ ਨੂੰ ਲੇਕਿਨ ਸਾਨੂੰ ਪਤਾ ਸੀ ਕਿ ਇਹ ਇਹਦੇ ਤਰੀਕੇ ਨੇ ਤੋਂ ਪਰੇ ਟੀਟ ਹੋ ਕੇ ਲੱਗਾ ਸੀ ਜਿਹੜਾ ਸਭ ਜਿਹੜੇ ਇੱਕ ਜੀਕੇ ਸਿੰਘ ਹੋਰਾਂ ਵਾਲਾ ਮਸਲਾ ਚੱਲਿਆ ਬਾਹਰ ਉਹਦੇ ਉੱਤੇ ਵੀ ਸਵਾਲ ਉੱਠਦੇ ਰਹੇ ਕਿਉਂਕਿ ਉਹਦੇ ਪਿੱਛੇ ਖੜਾ ਜਿਹੜਾ ਵਿਅਕਤੀ ਸੀ ਉਹਨਾਂ ਦਾ ਖਾਸ ਸੀਗਾ ਵੀ ਉਹ ਇੱਕ ਸਾਜ਼ਿਸ਼ ਸੀਗੀ ਅਜਰ ਉਹ ਪਿੱਛੇ ਦੇ ਗੁਰਪਤਨ ਸਿੰਘ ਉਰੀ ਬਾਹਰ ਜਾ ਕੇ ਆਏ ਆ ਇਹ ਵੀ ਕਿਤੇ ਉਹਦਾ ਇੱਕ 파ਟ ਤਾਂ ਨਹੀਂ ਸੀ ਫਿਰ ਵੀ ਉੱਥੇ ਕਰਾਇਆ ਜਾਵੇ ਇਹ ਆਪਣਾ ਇਹਨਾਂ ਦਾ ਆਪਣਾ ਲਾਲਚ ਵੀ ਹੈ ਜਿਹੜਾ ਬਾਹਰ 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 ਜਾਣਾ ਨਾ ਇਹਨਾਂ ਦਾ ਲਾਲਚਿਆ ਗ੍ਰੰਥੀਆਂ ਦਾ ਹੂੰ ਤੋ ਪੈਸਾ ਨਹੀਂ ਤੇ ਪ੍ਰਬੰਧ ਹਾਂ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਾਹਰ ਜਾਵੇ ਤੇ ਮਤਲਬ ਕੋਈ ਆਸ ਰੱਖੇ ਉਥੋਂ ਤੇ ਕਿੱਡੀ ਮਾੜੀ ਗੱਲ ਹੈ ਹੂੰ ਤੋ ਇਹ ਜਿਹੜਾ ਗ੍ਰੰਥੀਆਂ ਦਾ ਬਾਹਰ ਜਾਣਾ ਉੱਤੇ ਪੈਸੇ ਦਾ ਜੈਦਾ ਸਾਹਿਬ ਇੱਕ ਤੁਸੀਂ ਸਵਾਲ ਉਠਾਇਆ ਕਿ ਉਹਦੇ ਕੋਲੇ ਚਿੱਠੀਆਂ ਨੇ ਉਹ ਜਿਹੜੀਆਂ ਜਿਹੜੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਰਾਜਨੀਤਿਕ ਸੀਟਾਂ ਨੇ ਜਿਹਦੇ ਜਿਹਦੇ ਸਿਆਸਤ ਆ ਉਹਦੇ ਵਿੱਚ ਤਾਂ ਇਹ ਮੰਨਿਆ ਜਾਂਦੀਆਂ ਕਿ ਲੋਕ ਬੜਾ ਕੁਝ ਰੱਖਦੇ ਆ ਬਲੈਕਮੇਲ ਕਰਦੇ ਆ ਉਹਨੂੰ ਆਪਣੇ ਤਰੀਕੇ ਦੇ ਨਾਲ ਢਾਲਦੇ ਆ ਕਦੀ ਇਹ ਜਿਹੜੀਆਂ ਧਾਰਮਿਕ ਇਹ ਅਹੁਦੇ ਨੇ ਬਹੁਤ ਉੱਚਾ ਜਿਹੜਾ ਜੀ ਅਹੁਦਾ ਸੀਗਾ ਇਹ ਕਿਸੇ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਬੜੀ ਅਸਲੀਅਤ ਆ ਕਿ ਇੱਕ ਤਾਂ ਉਹ ਬਿਲਡਿੰਗ ਢਾਈ ਸੀਗੀ ਉਹ ਤਾਂ ਬਣ ਗਈ ਦੁਬਾਰਾ ਬਹੁਤ ਸਟਰੋਂਗ ਪਰ ਜਿਹੜਾ ਇਹ ਲੋਕ ਮਨਾਂ ਦੇ ਵਿੱਚੋਂ ਢਾ ਦਿੱਤਾ ਗਿਆ ਹੁਣ ਇਹ ਕਿਵੇਂ ਜਿਹੜਾ ਜੀ ਉਹ ਬਣੂਗਾ ਇੱਥੇ ਬੈਠੇ ਜਿਹੜੇ ਲੋਕ ਨੇ ਜਦੋਂ ਇਦਾਂ ਦੀਆਂ ਚਾਲਾਂ ਚੱਲਣ ਜਿਹੜੀ ਤੁਸੀਂ ਗੱਲ ਕਰਦੇ ਕੋ ਮੇਰੇ ਕੋਲ ਚਿੱਠੀਆਂ ਨੇ ਫਿਰ ਮੈਂ ਦੱਸ ਦੂੰਗਾ ਜੀ ਹਾਂ ਇਹ ਕਦੀ ਪਹਿਲਾਂ ਹੋਇਆ ਸੁਣਿਆ ਸੀਗਾ ਅਸਲ 'ਚ ਜਦੋਂ ਇਹ ਕੰਮ ਕਰਦੇ ਆ ਨਾ ਜਦੋਂ ਚਿੱਠੀਆਂ ਦਿੰਦੇ ਆ ਉਦੋਂ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਗੱਲ ਇੱਥੋਂ ਤੱਕ ਪਹੁੰਚ ਜਾਣੀ ਆ ਤੇ ਇਹ ਸਾਡੇ ਪ੍ਰੂਫ ਬਣ ਜਾਣੇ ਉਦੋਂ ਤੱਕ ਇਹ ਸਮਝਦੇ ਇਹ ਸਾਡੇ ਨੌਕਰ ਆ ਇਹ ਸਾਡੇ ਸੇਵਕ ਨੇ ਚਰਨ ਸੇਵਕ ਨੇ ਜਿੱਥੇ ਉਠਾਵਾਂਗੇ ਉਥੇ ਬੈਠੇ ਰਹਿਣਗੇ ਪਰ ਤੁਸੀਂ ਦੇਖੋ ਵੀ ਇੱਕ ਸਤਾ ਆ ਇੱਕ ਇੱਕ ਸਮਾਜ ਆ ਜਿਹਦੇ ਵਿੱਚ ਅਸੀਂ ਦੇਖਦੇ ਆ ਕਿ ਕੱਲ ਤੱਕ ਟੌੜਾ ਸੀ ਉਹਨੇ ਉਹਦੇ ਨਾਲ ਬੜੇ ਕਮਿਟਮੈਂਟਸ ਸੀਗੇ ਜਿਨ੍ਹਾਂ ਦੀ ਬੜਾ ਲੰਮਾ ਸਮਾ ਰਹੇ ਤੇ ਜਦੋਂ ਮਾੜਾ ਸਮਾ ਆਇਆ ਤੇ ਬਾਦਲ ਦੀ ਸਤਾ ਆਈ ਤੇ ਉਹ ਬਾਦਲ ਨੇ ਤੋਤੇ ਟੋਕਾ ਧਰਿਆ ਤਾਂ ਸਾਰੇ ਬੰਦ ਛੱਡ ਕੇ ਟੌੜਾ ਸਾਹਮਣੂ ਹੁਣ ਬਾਦਲ ਨੇ ਜਿੰਨਾਂ ਨੂੰ ਸਾਲੋਂ ਸਾਲ ਪਾਲਿਆ ਤੇ ਉਹ ਅਜੋ ਅਜੋ ਅਖਾਵਖਾ ਰਹੇ ਉਹਨੂੰ ਕਿਉਂਕਿ ਸਤਾ ਨਹੀਂ ਰਹੀ ਹੂੰ ਤਾਂ ਇਹ ਸਤਾ ਜਿਹੜੀ ਆ ਇਹ ਤਾਂ ਸੁੱਖ ਨਹੀਂ ਸਹਿਜ ਤੇ ਸਦਾਤ ਨਾਲ ਨਿਭਦੇ ਹਮੇਸ਼ਾ ਇਹ ਲੀਡਰ ਭੁੱਲ ਜਾਂਦੇ ਨੇ ਤਾਂ ਘਟੋ ਘਟ ਜਿਹੜੀ ਪੰਥਕ ਪ੍ਰਣਾਲੀ ਆ ਇਹਦੇ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਦੀ 100 ਸਾਲ ਦੀ ਜਿਹੜੀ ਉਮਰ ਹੋ ਗਈ ਆ ਇਹਨੂੰ ਇੱਕ ਬੜਾ ਪੱਕਾ ਯਕੀਨ ਹੋ ਜਾਣਾ ਚਾਹੀਦਾ ਸੀ ਵੀ ਇੱਥੇ ਚਲਾਕੀਆਂ ਨਹੀਂ ਚੱਲਣੀਆਂ ਇਹ ਸਦਾਤ ਗੁਰੂ ਸਾਹਿਬ ਦੇ ਨਿਭਦੇ ਨੇ ਸਿੱਖੀ ਦੇ ਨਾਲ ਸਿੰਸਪ ਜਿਹੜੀ ਸੱਤਾ ਦੀ ਤੁਸੀਂ ਗੱਲ ਕਰਦੇ ਹੋ ਰਾਜਨੀਤੀ ਆ ਉਹਦੇ ਵਿੱਚ ਕਹਿੰਦੇ ਆ ਕਿ ਸਭ ਕੁਝ ਜਾਇਜ਼ ਹੁੰਦਾ ਮਾੜਾ ਚੰਗਾ ਬੇਈਮਾਨੀਆਂ ਹੇਰਾਫੇਰੀਆਂ ਸਭ ਕੁਝ ਜਿਹੜਾ ਜੀ ਉਹਦੇ ਵਿੱਚ ਕੀਤਾ ਜਾਂਦਾ ਗੱਲ ਅਕਾਲ ਤਖਤ ਦੇ ਜਿਹੜੇ ਦੀ ਉਹ ਜਥੇਦਾਰ ਦੀ ਆ ਕੀ ਉਹਨੂੰ ਸਿਆਸਤ ਦਾ ਅਖਾੜਾ ਬਣਾ ਦਿੱਤਾ ਗਿਆ ਜਿਹਦੇ ਕਰਕੇ ਇੰਨਾ ਕੁਝ ਅਸਲ 'ਚ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸਿਆਸਤ ਸਿਖਾਈ ਆ ਨਾ ਜੀ ਉਹ ਰੰਗਦੇਵ ਵਾਲੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਗੁਰੂ ਗੋਬਿੰਦ ਸਿੰਘ ਵਾਲੀ ਆ ਉਹ ਰੰਗਜੀਵ ਜਿਹੜਾ ਉਹ ਸਵਾਰਥ ਲਈ ਪਿਓ ਨੂੰ ਕੈਦ ਕਰ ਸਕਦਾ ਭੈਣ ਨੂੰ ਕੈਦ ਕਰ ਸਕਦਾ ਭਰਾ ਨੂੰ ਕਤਲ ਕਰ ਸਕਦਾ ਪਰ ਸਾਨੂੰ ਮਨੁੱਖੀ ਅਧਿਕਾਰਾਂ ਲਈ ਤੇ ਸਮਾਜ ਲਈ ਕਿਤੇ ਗਰੀਬਾਂ ਲਈ ਨਾਟਾਣੇ ਲਈ ਆਪਣਾ ਸੀਸ ਦੇਣਾ ਪਵੇ ਤਾਂ ਸਰੀਰ ਦਾ ਦਾਨ ਕਰਨਾ ਕੁਰਬਾਨੀ ਕਰਕੇ ਦੱਸਣਾ ਵੀ ਇਦਾਂ ਕੀਤੀ ਜਾਂਦੀ ਹੈ ਤੇ ਉਹ ਉਹ ਸਮੱਸਿਆ ਦਾ ਹੱਲ ਪਰਿਵਾਰ ਵਾਰ ਕੇ ਬਣਾ ਕੇ ਨਹੀਂ ਇਹ ਇਹ ਰਾਜਨੀਤੀ ਦਾ ਫਰਕ ਹੈ ਇਹਨੂੰ ਹੀ ਬਾਬੇ ਕੇ ਤੇ ਬਾਬਰ ਕੇ ਕਿਹਾ ਗਿਆ ਅਕਾਲ ਤਖਤ ਜਿਹੜਾ ਇਸ ਵੱਖ ਨਹੀਂ ਅਸੀਂ ਗਿਣ ਸਕਦੇ ਤਾਂ ਅਕਾਲ ਤਖਤ ਦੀ ਰਾਜਨੀਤੀ ਜਿਹੜੀ ਉਹ ਅਕਾਲ ਪੁਰਖ ਦੇ ਮਨ ਨੂੰ ਪਾਉਂਦੀ ਕੁਦਰਤੀ ਆ ਉਹ ਕੁਦਰਤੀ ਰਾਜਨੀਤੀ ਦਾ ਪ੍ਰਤੀਕ ਗੁਰੂ ਘਰ ਆ ਗੁਰੂ ਨਾਨਕ ਦਾ ਨਿਜ਼ਾਮ ਆ ਜਿਸ ਦੇ ਪੈਟਰਨ ਤੇ ਖਾਲੀ ਦਲ ਬਣਿਆ ਲੇਕਿਨ ਦੁੱਖ ਦੀ ਗੱਲ ਆ ਕਿ ਖਾਲੀ ਦਲ ਬਣਿਆ ਸੀ ਇਹ ਇਹ ਸੂਧਾਤ ਇਹ ਇਹ ਏ ਗੁਰੂ ਦਾ ਮਿਸ਼ਨ ਸੰਭਾਲਣ ਲਈ ਅੱਜ ਉਸ ਅਕਾਲੀ ਦਲ ਨੇ ਸਤਾ ਹਸਲ ਕਰਕੇ ਇਸ ਪੌੜੀ ਨਾਲ ਇਹਨੂੰ ਹੀ ਖਤਮ ਕਰਤਾ ਸਿੰਘ ਸਾਹਿਬ ਮੈਂ ਖੁਦ ਇੱਕ ਦਿਨ ਤੱਕਿਆ ਪਟਿਆਲੇ ਦੇ ਵਿੱਚ ਜਹੇਦਾਰ ਸਾਹਿਬ ਲੰਘ ਰਹੇ ਸੀ ਇੱਕ ਜਿਪਸੀ ਅੱਗੇ ਆ ਇੱਕ ਜਿਪਸੀ ਪਿੱਛੇ ਆ ਇਹਨੇ ਕੀ ਜਿਹੜਾ ਇੱਕ ਧਾਰਮਿਕ ਅਹੁਦੇ ਦੇ ਉੱਤੇ ਬੈਠਾ ਜਿੱਥੇ ਇੱਕ ਗੱਲ ਤਾਂ ਸੰਦੇਸ਼ ਸਾਰੇ ਦਿੰਦੇ ਆ ਔਰ ਇਹ اٹਲ ਸਚਾਈ ਆ ਨਾ ਤੁਸੀਂ ਰਹਿਣਾ ਨਾ ਮੈਂ ਰਹਿਣਾ ਮੌਤ ਜਿਹੜੀ ਹੈ ਜੀ ਉਹ ਤਾਂ اٹਲ ਲੈ ਕੇ ਉਹਨੇ ਆਉਣੀ ਆ ਫਿਰ ਜਿਹੜਾ ਧਾਰਮਿਕ ਅਹੁਦੇ ਦੇ ਉੱਤੇ ਬੈਠਾ ਵਿਅਕਤੀ ਆ ਕਿ ਉਹਨੂੰ ਇੰਨੀ ਸਿਕਿਉਰਿਟੀ ਦੀ ਲੋੜ ਕਿਉਂ ਪੈਂਦੀ ਆ ਮੈਂ ਤੁਹਾਨੂੰ ਦੱਸਦਾ ਜੀ ਕਿ ਮੈਂ ਸਗੋਂ ਕਦੀ ਇਹ ਗੱਲ ਕਹੀ ਨਹੀਂ ਕਿਸੇ ਨੂੰ ਜਿਸ ਤਰ੍ਹਾਂ ਜਿਹੜੇ ਬਾਦਲ ਨੇ ਬਣਾਏ ਤੇ ਹਟਾਏ ਜਿਹੜੇ ਹਟਾਇਆਪੂਰ ਸਿੰਘ ਵਰਗੇ ਵਦੰਤੀ ਵਰਗੇ ਉਹਨਾਂ ਨੇ ਮੇਰਾ ਨਾਂ ਲਖਾਇਆ ਕਿ ਸਾਨੂੰ ਰਣਜੀਤ ਸਿੰਘ ਤੋਂ ਖਤਰਾ। ਅੱਛਾ ਜੀ। ਉਹ ਹੁਣ ਤਾਂ ਗਾਰਦ ਮਿਲੀ ਐ। ਅੱਛਾ ਜੀ। ਤੋ ਗਾਰਦ ਜਿਹੜੀ ਆ ਨਾ ਜੇ ਇੱਕ ਪਤਾ ਨਹੀਂ ਕਿਉਂ ਇਹਨਾਂ ਨੂੰ ਲੱਗਦਾ ਕਿ ਸਾਡੇ ਲਈ ਉਹ ਬੜੀ ਵੱਡੀ ਗੱਲ ਬਣ ਗਈ ਆ ਗਾਰਦ ਜਿਹੜੀ ਆ ਸਿੱਖ ਦੇ ਨਾਲ ਘਾਟੋ ਘੱਟ ਗੁਰੂ ਘਰ ਦੇ ਸੇਵਕ ਦੇ ਨਾਲ ਹੋਣੀ ਨਹੀਂ ਚਾਹੀਦੀ। ਕਿਉਂਕਿ ਅਸੀਂ ਜਾਣਾ ਹੁੰਦਾ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਸੰਗਤ ਦੇ ਵਿੱਚ ਜਾਣਾ ਹੁੰਦਾ ਸੰਗਤ ਦੇ ਵਿੱਚ ਵਰਦੀ ਚੰਗੀ ਨਹੀਂ ਲੱਗਦੀ। ਹੂੰ। ਤੋ ਇਹ 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 ਇਹਨਾਂ ਨੂੰ ਇਹ ਜਿਹੜਾ ਰੰਗ ਚੜਿਆ ਨਾ ਝੂਠਾ ਜਾਂ ਰਾਜਨੀਤੀ ਦਾ ਉਹਦਾ ਪ੍ਰਤੀਕ ਹੈ ਤੇ ਇਹ ਝੂਠੀ ਦੀ ਸ਼ੌਹਰਤ ਹੈ ਭਾਈ ਰਣਜੀਤ ਸਿੰਘ ਦੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਬਕਾ ਜਥੇਦਾਰ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਉਹ ਪਿੰਡੋਂ ਪਿੰਡੀ ਜਿਹੜਾ ਦੀ ਉਹ ਤੁਰੇ ਹੋਏ ਨੇ ਜਿਹੜਾ ਇੱਕ ਸੰਦੇਸ਼ ਲੈ ਕੇ ਕੁਸਨੇਹਾ ਲੈ ਕੇ ਜਿਹੜਾ ਪਹਿਲਾਂ ਉਹ ਅਖਬਾਰੀ ਰੂਪ ਦੇ ਵਿੱਚ ਤੁਸੀਂ ਬਹੁਤ ਸਾਰੇ ਥਾਵਾਂ ਦੇ ਉੱਤੇ ਪੜਿਆ ਹੋਊਗਾ ਉਹ ਲਗਾਤਾਰ ਜਿਹੜਾ ਜੀ ਉਹ ਬੋਲਦੇ ਆਏ ਨੇ ਅੱਜ ਹਾਲਾਤ ਇਹ ਹੈ ਕਿ ਅੱਜ ਸਾਰੇ ਬੋਲ ਰਹੇ ਨੇ ਉਹੀ ਗੱਲਾਂ ਜਿਹੜੀਆਂ ਇਹ ਗੱਲ ਇਹ ਕਰਦੇ ਸੀਗੇ ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਤੇ ਉਸ ਕਬਜ਼ੇ ਦੇ ਨਿਕਲਣ ਵਾਲੇ ਨਤੀਜੇ ਨਤੀਜੇ ਕੀ ਨੇ ਉਹ ਸਭ ਦੇ ਸਾਹਮਣੇ ਨੇ ਉਹਦੇ ਉੱਤੇ ਅਸੀਂ ਵਾਪਸ ਜਿਹੜਾ ਦੀ ਆ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਫਾਇਰ ਲਾਈਨ ਦੇ ਵਿੱਚ ਅੱਜ ਸਾਡੇ ਨਾਲ ਸੀਧੀ ਅਕਾਲ ਤਖਤ ਸਾਹਿਬ ਦੇ ਸਾਬਕਾ ਦਤਦਾਰ ਭਾਈ ਰਣਜੀਤ ਸਿੰਘ ਹੁਰੀ ਮੌਜੂਦ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਉਹ ਲੱਗੇ ਹੋਏ ਨੇ ਆਪਣੇ ਇੱਕ ਤਰੀਕੇ ਦੇ ਨਾਲ ਜਿਹੜਾ ਦੀ ਬਦਲਣ ਦੇ ਵਾਸਤੇ ਬਦਲਾਅ ਉਹ ਦੇ ਵਾਸਤੇ ਬਦਲਾਅ ਹੁੰਦਾ ਨਹੀਂ ਹੁੰਦਾ ਉਹ ਕੱਲ ਵਾਲੀਆਂ ਜੜੀਆਂ ਦੀ ਉਹ ਗੱਲਾਂ ਨੇ ਹਾਂ ਇਹਨਾਂ ਜ਼ਰੂਰ ਹੈ ਕਿ ਕੁਝ ਲੋਕ ਜਿਹੜੇ ਬੋਲਦੇ ਰਹੇ ਪਿਛਲੇ ਸਮੇਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਡਰਾ ਲਿਆ ਗਿਆ ਧਮਕਾ ਲਿਆ ਗਿਆ ਥੜਕਾ ਲਿਆ ਗਿਆ ਕੁਝ ਨਾ ਕੁਝ ਜਿਹੜਾ ਦੀ ਉਹਨਾਂ ਨੂੰ ਕੀਤਾ ਗਿਆ ਖਰੀਦ ਲਿਆ ਗਿਆ ਜਿਹੜਾ ਦੀ ਬਹੁਤ ਕੁਝ ਇਹ ਚੱਲਦਾ ਰਿਹਾ ਜਿਹੜੇ ਨਹੀਂ ਥੜਕੇ ਜਿਹੜੇ ਨਹੀਂ ਡਰੇ ਫਿਰ ਉਹਨਾਂ ਦੇ ਉੱਤੇ ਕਿਵੇਂ مصیبتਾਂ ਆਈਆਂ ਉਹ ਵੀ ਸਭ ਕੁਝ ਜਿਹੜਾ ਦੀ ਉਹ ਪਤਾ ਹੈ ਜਸਦਰ ਸਾਹਿਬ ਜਿਹੜੀ ਇੱਕ ਗੱਲ ਤੁਸੀਂ ਪਰਿਵਾਰ ਦੇ ਕਬਜ਼ੇ ਵਾਲੀ ਜਿਹੜੀ ਬਾਰ ਬਾਰ ਕਹਿੰਦੇ ਸੀ ਅੱਜ ਵੀ ਕਹਿੰਦੇ ਹੋ ਪਿਛਲੇ ਸਾਲਾਂ ਤੋਂ ਜਿਹੜਾ ਦੀ ਉਹ ਉਰਦੂ ਦਾ ਸ਼ੇਰ ਆ ਕਿ ਵਕਤ ਉਹ guzra ਸਮੇਂ ਕੀ ਘੜੀਆਂ ਨੇ ਦੇਖਾ ਲਮਹੋਂ ਮੇ ਕਹਾਤੀ ਸਦੀਆਂ ਵਿੱਚ ਸਦਾ ਪਾਈ ਤੋ ਇਹ ਲੱਗਦਾ ਹੈ ਕਿ ਉਹ ਜਿਹੜਾ ਪਰਿਵਾਰਵਾਦ ਦਾ ਜਿਹੜਾ ਗਲਬਾ ਸੀਗਾ ਉਹ ਪੰਜਾਬ ਦੀ ਸਿੱਖ ਸਿਆਸਤ ਪੰਥਕ ਰਾਜਨੀਤੀ ਜਿਹੜੀ ਕਹਾਉਂਦੀ ਉਹਦਾ ਉਹ ਅੱਜ ਜਿਹੜਾ ਉਹ ਭੁਗਤਣਾ ਪੈ ਰਿਹਾ ਇੰਨਾ ਜੋ ਹਾਲਾਤ ਬਣੇ ਹੋਏ ਆ ਬਰਬਾਦ ਕਰ ਗਿਆ ਸਿੱਖ ਰਾਜਨੀਤੀ ਨੂੰ ਸਿੱਖ ਪਲੇਟਫਾਰਮ ਨੂੰ ਪੰਥਕ ਫਿਜ਼ਾਨ ਨੂੰ ਗੰਦਲਾ ਕਰ ਗਿਆ ਸਾਡੀਆਂ ਇੱਕ ਪੰਥਕ ਰਵੈਤਾ ਨੇ ਜਿਹੜੀਆਂ ਪੰਥਕ ਰਵੈਤਾ ਗੁਰੂ ਕਾਲ ਤੋਂ ਚੱਲੀ ਆ ਰਹੀਆਂ ਪ੍ਰਬੰਧਕ ਕਮੇਟੀ ਤੋਂ ਬਣਿਆ 100 ਸਾਲ ਹੋਏ ਜੀ ਤੋਂ ਉਸ ਤੋਂ ਪਹਿਲਾਂ ਕਾਲ ਤਖਤ ਸੀਗਾ ਕਾਲ ਤਖਤ ਤੇ ਇੱਕ ਰਵੈਤਾ ਹੁੰਦੀਆਂ ਸੀਗੀਆਂ ਕਾਲ ਤਖਤ ਦੇ ਉੱਤੇ ਇੱਕ ਤਲਵਾਰ ਬਾਜ਼ ਘੋੜ ਸਵਾਰ ਜਿਹੜੇ ਉਹ ਫੈਸਲੇ ਕਰਿਆ ਕਰਦੇ ਸਨ ਤੇ ਉਹ ਸਿਰੇ ਚੜਦੇ ਸਨ ਇਹ ਇਹ ਜਿਹੜੀ ਸਭ ਤੋਂ ਪਹਿਲੀ ਕਮੇਟੀ ਆ 1920 ਦੇ ਵਿੱਚ ਉਹ ਕਾਲ ਤਖਤ ਤੇ ਬਣੀ ਸਰਕਾਰ ਨੇ ਕਮੇਟੀ 1925 ਬਣਾਈ ਜਿਹੜੀ 5 ਸਾਲ ਕਮੇਟੀ ਸਰਬਸੰਮਤੀ ਨਾਲ ਬਣੀ ਤੇ ਚੱਲੀ ਤੇ ਸਫਲ ਹੋਈ। ਤੋਂ ਅਖਾਲ ਤਖਤ ਜਿਹੜਾ ਪ੍ਰਬੰਧਕ ਕਮੇਟੀ ਆਉਣ ਤੋਂ ਬਾਅਦ ਕਮਜ਼ੋਰ ਹੋਇਆ। ਹੂੰ ਲਗਾਤਾਰ ਕਮਜ਼ੋਰ ਹੋਇਆ। ਰਾਜਨੀਤੀ ਹਾਵੀ ਹੋ ਗਈ। ਹਾਂ ਸਾਡੀਆਂ ਪੰਥਕ ਰਵਾਇਤਾਂ ਖਤਮ ਹੋਈਆਂ। ਤੋਂ ਪੋਲੀਟੀਕਲ ਪ੍ਰਭਾਵ ਉੱਤੇ ਜ਼ਿਆਦਾ ਪੈ ਗਏ। ਮੈਂ ਤੁਹਾਨੂੰ ਦੱਸਦਾ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਅਦ ਸਾਨੂੰ ਅਗਵਾਈ ਲੈਣ ਲਈ ਹੁਕਮ ਦਿੱਤਾ ਉਹ ਪੰਥ ਤੇ ਗ੍ਰੰਥ ਹੈ। ਹੂੰ ਪੰਥ ਤੇ ਗ੍ਰੰਥ ਦੀ ਸ਼ਸ਼ੋਭਤ ਹੋਣ ਦੀ ਥਾਂ ਅਕਾਲ ਤਖਤ ਹੈ। ਹੂੰ। ਤੋਂ ਇਹੀ ਵਜ੍ਹਾ ਕਿ ਪੰਜ ਪਿਆਰੇ ਜਿਹੜੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਸ਼ਾਦ ਦਿੱਤਾ ਜਾਂਦਾ ਹੈ। ਹੂੰ। ਗੁਰੂ ਦਾ ਸਰੀਰ ਜਾਣ ਕੇ। ਹੂੰ। ਜਦੋਂ ਪੰਜ ਪਿਆਰੇ ਪ੍ਰਸ਼ਾਦ ਲੈ ਲੈਂਦੇ ਨੇ ਤੇ ਉਦੋਂ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਭੋਗ ਲੱਗ ਗਿਆ। ਹੂੰ। ਉਦੋਂ ਬਾਅਦ ਸੰਗਤ ਚ ਵਰਤਾਇਆ ਜਾਂਦਾ ਹੈ। ਤੋਂ ਪੰਜ ਪਿਆਰੇ ਜਿਹੜੇ ਨੇ ਇਹ ਅਕਾਲ ਪੁਰਖ ਦੇ ਹੁਕਮ ਨਾਲ ਸਾਜੇ ਗਏ 1999 ਚ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਗੁਰਤਾ ਦਿੱਤੀ 1699 ਚ। ਜੀ। ਉਹ ਪੰਜ ਪਿਆਰਿਆਂ ਦੀ ਜਿਹੜੀ ਪ੍ਰਥਾ ਸੀ ਉਹਦੇ ਵਿੱਚ ਸਾਡਾ ਕੋਈ ਪ੍ਰੋਬਲਮ ਆ ਜਾਏ ਸਾਡੀ ਕੋਈ ਲੜਾਈ ਪੈ ਜਾਏ ਸਾਡਾ ਕੋਈ ਸਿਧਾਂਤ ਦੇ ਵਿੱਚ ਸਾਨੂੰ ਲੱਗੇ ਕਿ ਕੋਈ ਕਮੀ ਆ ਤੇ ਉਹ ਬੜੀ ਡਿਸਕਸ ਤੋਂ ਬਾਅਦ ਪੰਜ ਪਿਆਰਿਆਂ ਨੂੰ ਦਿੱਤਾ ਜਾਂਦਾ ਸੀ ਕਾਲ ਤੱਕ ਤੇ ਉਹ ਫਿਰ ਪੰਜਾਂ ਪਿਆਰਿਆਂ ਦੀ ਲੰਮੀ ਡਿਸਕਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਚ ਗੁਰਬਾਣੀ ਦੀ ਰੋਸ਼ਨੀ ਚ ਉਹਨੂੰ ਜੋ ਵਿਚਾਰ ਕੇ ਫੈਸਲਾ ਲੈ ਜਾਂਦਾ ਉਹਨੂੰ ਅਸੀਂ ਗੁਰਮਤਾ ਕਹਿੰਦੇ ਹਾਂ ਇਹ ਇਹ ਕਮੇਟੀ ਆਉਣ ਤੋਂ ਬਾਅਦ ਇਹ ਪ੍ਰਥਾ ਕਮਜ਼ੋਰ ਹੋਈ ਹੈ ਕਮਜ਼ੋਰ ਇੰਨੀ ਹੋਈ ਹੈ ਕਿ ਮਜ਼ਾਕ ਦਾ ਵਿਸ਼ਾ ਬਣ ਗਈ ਜਿਵੇਂ ਆ ਬਣਿਆ ਰਾਮ ਰਹੀਮ ਦਾ ਹੁਣ ਰਾਮ ਰਹੀਮ ਦਾ ਜਿਹੜਾ ਉਹਨੂੰ ਕਲੀਨ ਚਿੱਟ ਦਿੱਤੀ ਪੰਜਾ ਸਿੱਖਾਂ ਨੇ ਦਿੱਤੀ ਇੱਕ ਸਿੱਖ ਕਦੀ ਵੀ ਘਪਾਵੇਂ ਜਥੇਦਾਰ ਕਾਲ ਤੱਕ ਤੋਂ ਹੋਵੇ ਕੋਈ ਵੀ ਫੈਸਲਾ ਨਹੀਂ ਲੈ ਸਕਦਾ ਆਪਣੇ ਸਾਇਨ ਕਰਕੇ ਮੇਰੇ ਤੇ ਬਰੇਮ ਲੱਗੇ ਉਦੋਂ ਕਿ ਇਹਨੇ ਇਕੱਲੇ ਨੇ ਕਰ ਦਿੱਤਾ ਜੀ ਕੋਈ ਫੈਸਲਾ ਜਥੇਦਾਰ ਇਕੱਲਾ ਨਹੀਂ ਕਰ ਸਕਦਾ ਹਮ ਬਲਕਿ ਚਾਰ ਸਿੱਖ ਇੱਕ ਪਾਸੇ ਹੋਣ ਇੱਕ ਸਿੱਖ ਇੱਕ ਪਾਸੇ ਹੋਵੇ ਤੇ ਉਹ ਵੀ ਨਹੀਂ ਫੈਸਲਾ ਹੋ ਸਕਦਾ ਜਿੰਨੀ ਦੇ ਰਾਜ ਸਹਿਮਤੀ ਨਹੀਂ ਬਣਦੀ ਬਹੁਤ ਸਮਤੀ ਨਾਲ ਆਮ ਸਮਤੀ ਬਹੁਤ ਸਮਤੀ ਨਹੀਂ ਆਮ ਸਮਤੀ ਸਾਰੇ ਨਹੀਂ ਜਨਦਰ ਚ ਹਾਂ ਉਹ ਆਮ ਸਹਿਮਤੀ ਤੋਂ ਬਾਅਦ ਸਾਈਨ ਹੁੰਦੇ ਆ ਮੋਹਰ ਲੱਗਦੀ ਕਾਲ ਤੱਕ ਦੀ ਅਨੰਦ ਸਾਹਿਬ ਦਾ ਪਾਠ ਹੁੰਦਾ ਫਿਰ ਉਹ ਗੁਰਮਤਾ ਬੰਦਾ ਹਮ ਇਹ ਇਹ ਜਿਹੜਾ ਗੁਰਮਤਾ ਬਣਿਆ ਇਹਦੇ ਵਿੱਚ ਇੱਕ ਗਿਆਨੀ ਇਹ ਇਹਨੇ ਤੇ ਰਜ਼ਾਇੰਦੇਤਾ ਤੇ ਨਾਲ ਕਹਤਾ ਜੇ ਅਣਜਾਣੇ ਅਣਜਾਣੇ ਚ ਭੁੱਲ ਚੁੱਕ ਹੋਗੇ ਮੇਰੀ ਝੋਲੀ ਚ ਪਾ ਦਿੱਤੀ ਜਾਵੇ ਇਹ ਕੋ ਰਵਾਇਤ ਆ ਸਾਡੀ ਜਿਹੜੀ ਇਹਨਾਂ ਨੇ ਗਲਤੀ ਕੀਤੀ ਉਹ ਬਜ਼ਰ ਗਲਤੀ ਹੈ ਜਿਹੜੀ ਇਹਨਾਂ ਤੋਂ ਗਲਤੀ ਕਰਵਾਈ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪੁੱਤਰ ਨੇ ਉਹ ਬਜ਼ਰ ਗਲਤੀ ਹੈ ਉਹ ਗਲਤੀ ਨੂੰ ਇਸ ਤਰ੍ਹਾਂ ਮਾਫ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਜਾਣ ਬੁੱਝ ਕੇ ਸਿਆਸੀ ਲਾਭ ਲਈ ਗਲਤੀ ਹੋਈ ਹੈ ਜਿਹਨੂੰ ਕੌਮ ਨੂੰ ਦਾਅ ਤੇ ਲਾਤਾ ਜੇ ਜਿਸ ਗਲਤੀ ਨੇ ਗੁਰੂ ਦੇ ਸਿਧਾਂਤ ਨੂੰ ਦਾਤੇ ਲਾਤਾ ਜਿਸ ਨੇ ਜਿਸ ਨੇ ਕੌਮ ਨੂੰ ਬਲੁੰਦਰ ਕੇ ਰੱਖ ਦਿੱਤਾ ਤਾਂ ਆਜੇ ਬਾਦਲ ਸੋਚੇ ਕਿ ਮੈਂ ਗਰੰਥੀ ਨੂੰ ਪਾਸੇ ਕਰਕੇ ਇੱਕ ਨਵਾਂ ਗਰੰਥੀ ਪੇਚਾੜੀ ਪਾਗ ਬਨਵਾ ਕੇ ਪੀੜੀ ਤੇ ਉਹਨੂੰ ਕਹੂੰਗਾ ਜੀ ਦੇਖੋ ਜੀ ਜੋ ਕੁਝ ਹੋਵੇ ਕਿਤੇ ਮਾਫ ਕਰ ਦਿਓ ਉਹ ਇਸ਼ਾਰਾ ਤੁਹਾਡਾ ਹੈ ਉਧਰ ਵੀ ਜਿਹੜੇ ਉਹ ਉਹ ਆ ਸਕਦਾ ਹੈ ਬਿਲਕੁਲ ਕਿਉਂਕਿ ਹੋ ਚੁੱਕਾ ਹੈ ਇਹ ਸੱਟ ਹੈ ਅਸੀਂ ਅਕਾਲ ਤਖਤ ਸਾਹਿਬ ਤੋਂ ਇਹ ਗੁਰਮਤਾ ਕੀਤਾ ਕਿ ਵਿਸਾਖੀ ਨੂੰ ਦੇ ਲਈ ਸ਼ਤਾਬ ਦੀ ਆ 100 ਸਾਲ ਬਾਅਦ ਆਈ ਲੜਾਈ ਨਾ ਹੋਵੇ ਹਾਂ ਲੜੋ ਨਾ 14 ਤਰੀਕ ਤੱਕ ਲੜਾਈ ਨਾ ਹੋਵੇ ਆਪਣੀ ਆਪਣੀ ਪੋਸਟ ਤੇ ਬੈਠ ਕੇ ਸੰਗਤ ਦੀ ਸੇਵਾ ਕਰੋ ਤੇ ਕੌਮ ਨੂੰ ਰਾਹ ਦਿਓ ਤੇ ਅਗਲੇ ਪ੍ਰੋਗਰਾਮ ਦਿਓ ਇਹ 14 ਤਰੀਕ ਤੋਂ ਬਾਅਦ ਤੁਹਾਨੂੰ ਹੱਕ ਹੋਊਗਾ ਤੁਸੀਂ ਆਪਣੀ ਲੜਾਈ ਆਪ ਲੜ ਸਕਦੇ ਰਿਟਨ ਚ ਦਿੱਤਾ ਗੁਰਮਤੇ ਚ ਪਰ ਪ੍ਰਕਾਸ਼ ਸਿੰਘ ਬਾਦਲ ਨੇ ਸਬਰ ਨਹੀਂ ਕੀਤਾ ਉਹਨੇ ਵਾਲਿਸ਼ ਕੀਤੀ ਜੋ ਜੋ ਕੁਝ ਵੀ ਉਹਨੇ ਆਪਣੀ ਅਕੂ ਕਰਤੂ ਦਸੀ ਬੁਰਸ਼ਾਗਰਦੀ ਕੀਤੀ ਮੈਨੂੰ ਹਟਾ ਕੇ ਪਾਸੇ ਮਾਰਿਆ ਉਹਦੇ ਬਾਅਦ ਟੋੜੇ ਦੇ ਨਾਲ ਇਹਨੂੰ ਮਜਬੂਰ ਹੋ ਕੇ ਜਾਣਾ ਪਿਆ ਕਿਉਂਕਿ ਅਸੀਂ ਪੰਥਕ ਮੋਰਚਾ ਬਣਾਇਆ ਅਸੀਂ ਇਲੈਕਸ਼ਨ ਲੜੇ ਇਹਦੀ ਲੋਕ ਸਭਾ ਗਵਾਈ ਇਹਦੀ ਵਿਧਾਨ ਸਭਾ ਗਵਾਈ ਫਿਰ ਮਜਬੂਰ ਇਹ ਹੋ ਕੇ ਟੋੜੇ ਦੇ ਘਰ ਗਿਆ ਤੇ ਟੋੜੇ ਸਾਹਿਬ ਨੇ ਜਦੋਂ ਲੈ ਲਿਆ ਇਹਨਾਂ ਦੀ ਕੀ ਗਿੱਟਮਟ ਹੋਈ ਮੈਨੂੰ ਨਹੀਂ ਪਤਾ ਪਰਮਾਜ਼ਮਾ ਜਾਣਦਾ ਪਰ ਜਦੋਂ ਇੱਕ ਲੋਕਾਂ ਚ ਇੱਕ ਗੱਲ ਗਈ ਸੀ ਕਿ ਪਹਿਲਾ ਕਾਲ ਤਖਤ ਤੇ ਅਕਾਲ ਤਖਤ ਆਵੇ ਬਾਦਲ ਫਿਰ ਤੋਂ ਕਾਲ ਤਖਤ ਤੇ ਜਾਣਾ ਸੀ ਲੋਕਾਂ ਨੂੰ ਦਿਫਾਉਣ ਲਈ ਤੇ ਇਹ ਫਿਰ ਦੋਵੇਂ ਗਏ ਇਹਨਾਂ ਨੇ ਵਦੰਤੀ ਜੀ ਉੱਥੇ ਜੇਜ਼ੇਦਾਰ ਸੀ ਉਹਨਾਂ ਨੂੰ ਕਿਹਾ ਜੀ ਦੇਖੋ ਜੀ ਆ ਮਰਦੀ ਦੇਰ ਹੈ ਜੀ ਦੇਖ ਲਓ ਜੀ ਕੁਝ ਹੋਵੇ ਕੋਈ ਗਲਤੀ ਕੋਈ ਉੱਥੇ ਦੇਖ ਲਓ ਜੀ ਕੋਈ ਜੋ ਵੀ ਦੰਦਾ ਵੀ ਤੇ ਵਦੰਤੀ ਜੀ ਨੇ ਕੀ ਫੈਸਲਾ ਦਿੱਤਾ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਜੀ ਨੇ ਨਿਰਮਾਣਤਾ ਨਾਲ ਇੱਕ ਸਾਨੂੰ ਅਰਜ਼ੀ ਦਿੱਤੀ ਜਿਹਦੇ ਵਿੱਚ ਉਹਨਾਂ ਕਿਹਾ ਕਿ ਜੇ ਅਣਜਾਣੇ ਅਣਜਾਣੇ ਚ ਮੇਰ ਤੋਂ ਕੋਈ ਭੁੱਲ ਹੋ ਗਈ ਤੇ ਮੈਨੂੰ ਮaaf ਕਰ ਦਿੱਤਾ ਜਾਵੇ ਤੋ ਉਹ ਉਸ ਅਰਜੀ ਤੇ ਦੀਰਘ ਵਿਚਾਰ ਤੋਂ ਬਾਅਦ ਪੰਜ ਸਿੱਖਾਂ ਨੇ ਜਿਹੜਾ ਫੈਸਲਾ ਲਿਆ ਉਹ ਇਹ ਕਿ ਅਖਾਲੀ ਦਲ ਜਿਹੜਾ ਪਸਤਾਵ ਕਰਨ ਲਈ ਅਖੰਡ ਪਾਠ ਕਰਾਵੇ ਮੱਜੀ ਸਾਹਿਬ ਇਹ ਫੈਸਲਾ ਜੀ ਉਹ ਅਖਾਲੀ ਦਲ ਨੇ ਸੌਣ ਦੀ ਸੰਗਰਾਦ ਨੂੰ ਰੱਖੀ ਕਾਨਫਰੰਸ ਤੇ ਵੀ ਲੱਖ ਰੀਆਂ ਜਲੇਬੀਆਂ ਗੁਰੂ ਨਾਨਕ ਦਾਸ ਦੇ ਖਜ਼ਾਨੇ ਦੀਆਂ ਖਾ ਗਏ ਤੇ ਢੋਲ ਵਜਾ ਕੇ ਤੇ ਆਪਣੀ ਸਤਾ ਦਾ ਤੇ ਬਾਹਰ ਨਿਕਾ ਗਏ ਸਿੰਘ ਸਾਹਿਬ ਪਿਛਲੇ ਦਿਨੀ ਇੱਕ ਹੋਰ ਇਸੇ ਤਰ੍ਹਾਂ ਦਾ ਹੋਣਾ ਚਾਹੁੰਦਾ ਸੀ ਬਾਦਲ ਹਾਂ ਕਰਨਾ ਮੈਂ ਮੈਂ ਉਦਰੀ ਤੋਂ ਲਿਆਉਣ ਲੱਗਾ ਸੀ ਇੱਕ ਹੋਰ ਅਜੀਬੋ ਗਰੀਬ ਜਿਹੜਾ ਜੀ ਹੋਇਆ ਬਲਵਿੰਦਰ ਸਿੰਘ ਭੁੰਦੜhuri ਹਾਂਜੀ ਉਹ ਤਖਤ ਦਮਦਮਾ ਸਾਹਿਬ ਤੇ ਪੇਸ਼ ਹੁੰਦੇ ਆ ਔਰ ਉੱਥੇ ਜਿਹੜੇ ਜਥੇਦਾਰ ਆ ਉਹ ਕਹਿੰਦੇ ਆ ਕਿ ਤੁਹਾਨੂੰ ਆਹ ਜਿਹੜੀ ਤਨਖਾਹ ਲਾਉਣੇ ਉਹ ਕਹਿੰਦੇ ਮੇਰੇ ਕੋ ਅਜੇ ਟਾਈਮ ਨਹੀਂ ਉਹ 20 ਤੋਂ ਬਾਅਦ ਆ ਜਾਊਗਾ ਇਹ ਪਹਿਲਾਂ ਕਦੀ ਹੋਇਆ ਮੈਂ ਕਹਾਂ ਜੀ ਜ਼ੁਰਤ ਨਹੀਂ ਕਰ ਸਕਦਾ ਸਿੱਖ ਸਿੱਖ ਜ਼ੁਰਤ ਨਹੀਂ ਕਰ ਸਕਦਾ ਇਹ ਕਹਿਣ ਦੇ ਸਿੱਖ ਕੰਬ ਦਾ ਅਕਾਲ ਤਖਤ ਤੇ ਜਾਂਦਾ ਜਦੋਂ ਦੋਸ਼ੀ ਹੁੰਦਾ ਇਹਨਾਂ ਨੂੰ ਚਾਹ ਚੜ ਜਾਂਦੇ ਆ ਕਿ ਸਾਨੂੰ ਉੱਥੋਂ ਹੁਕਮ ਮਿਲੂਗਾ ਤੇ ਹੋਰ ਸੰਗਤ ਚ ਪ੍ਰਪਤਾ ਮਿਲੂਗੀ ਹਮ ਖਬਰਾਂ ਲੱਗਦੀ ਕਿਉਂ ਤੇ ਇਹ ਅਕਾਲ ਤਖਤ ਦਾ ਇਹਨਾਂ ਨੇ ਨਾਸ ਮਾਰ ਦਿੱਤਾ ਅਕਾਲ ਤਖਤ ਤੇ ਪੰਨੋ ਸਾਹਿਬ ਪੰਜ ਪਿਆਰੇ ਹੋਣ ਆਲ ਵਰਲਡ ਦੀ ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਕਰਦੇ ਵਕਾਊ ਨਾ ਹੋਣ ਜਾਗਦੀ ਜ਼ਮੀਰ ਵਾਲੇ ਹੋਣ ਨਾਮ ਬਾਣੀ ਉਹਨਾਂ ਦੇ ਪੱਲੇ ਹੋਵੇ ਉਹਨਾਂ ਦੀ ਆਤਮਾ ਸੁੱਕੀ ਨਾ ਹੋਵੇ ਕੋਰੀ ਨਾ ਹੋਵੇ ਉਹ ਉਹ ਪੰਜ ਪਿਆਰੇ ਹੁਣ ਅਕਾਲ ਤਖਤ ਤੇ ਤੇ ਮੈਂ ਮੈਂ ਦਾਵੇ ਨਾਲ ਕਈ ਦਫਾ ਠਿਕ ਠੋਕੇ ਕਿਹਾ ਕੋਈ ਆਪਣੀ ਮਾਂ ਨੂੰ ਨਹੀਂ ਜੰਮਿਆ ਗੁਰੂ ਘਰ ਦੀ ਜਾਇਦਾਦ ਖਾਜੇ ਗੁਰੂ ਘਰ ਨਾਲ ਗਲਾਰੀ ਕਰਦੇ ਸਿੰਘ ਸਾਹਿਬ ਉਹਦੇ ਉਹਦੇ ਲਈ ਫਿਰ ਇਹ ਜਿਹੜੀ ਪ੍ਰਥਾ ਜਿਹੜੀ ਚੱਲ ਰਹੀ ਹੈ ਜਿਵੇਂ ਲਾਏ ਜਾਂਦੇ ਆ ਜਿਵੇਂ ਲਿਆਏ ਜਾਂਦੇ ਆ ਜੀ ਕਿ ਇਹ ਫਿਰ ਇਹ ਬਦਲ ਨਹੀਂ ਪਾਉਗੀ ਦੇਖੋ ਜੀ ਇਹ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਇੱਕ ਐਕਟ ਆ ਤੇ ਐਕਟ ਨੇ ਸਾਨੂੰ ਇਲੈਕਸ਼ਨ ਦੇ ਦਿੱਤੀ ਇਹ ਸਰਕਾਰੀ ਸਿਸਟਮ ਹੈ ਇਹ ਬਣਿਆ ਸੀ ਸੇਵਾ ਸੰਭਾਲ ਲਈ ਇਹ ਸਿਸਟਮ ਨੇ ਗਲਬਾ ਕਰਕੇ ਆਪਣਾ ਉਹ ਨਿਯਮ ਬਣਾ ਕੇ ਪਹਿਲਾਂ ਤੇ ਬਾਬਾ ਬੁੱਢਾ ਜੀ ਦੀ ਪਦਵੀ ਨੂੰ ਨੌਕਰ ਕੀਤਾ ਤੇ ਫਿਰ ਜ਼ਥੇਦਾਰ ਅਕਾਲ ਤਖਤ ਨੂੰ ਕਰ ਲਿਆ ਉੱਤੇ ਲਿਖਤਾ ਹੈਡ ਮਨਿਸਟਰ ਦਰਬਾਰ ਸਾਹਿਬ ਤੋਂ ਹੈਡ ਮਨਿਸਟਰ ਅਕਾਲ ਤਖਤ ਉਹ ਹੈਡ ਗ੍ਰਾਫੀਕ ਹੋ ਗਿਆ ਤੇ ਜ਼ਥੇਦਾਰ ਅਕਾਲ ਤਖਤ ਤੇ ਜ਼ਥੇਦਾਰੀ ਹੈ ਤੋਂ ਜਿਹੜੇ ਪੰਜ ਪਿਆਰੇ ਆ ਇਸ ਸਿਸਟਮ ਚ ਨਹੀਂ ਆਉਂਦੇ ਨਾ ਹੈਡਕਰtheta ਦਰਬਾਰ ਸਾਹਿਬ ਉਹਦਾ ਇਹਨਾਂ ਨੇ ਕਰ ਲਿਆ ਲੋਕਾਂ ਨੇ ਮੰਨ ਲਿਆ ਕਿ ਕਮੇਟੀ ਸਾਡੀ ਸ਼ਰੋਮਣੀ ਹੈ ਤਾਂ ਇਹ ਇਹ ਜਿਹੜਾ ਸਿਸਟਮ ਹੈ ਇਹ ਅਸੀਂ ਪੰਜਾਂ ਮਿੰਟਾਂ ਵਿੱਚ ਠੀਕ ਕਰ ਸਕਦੇ ਹਾਂ ਬਟ ਕਮੇਟੀ ਪਹਿਲਾਂ ਜਿੱਤਣੀ ਪਊਗੀ ਕਿਉਂਕਿ ਸਾਨੂੰ ਕਿਤੇ ਵੀ ਚੇਂਜ ਕਰਾਉਣ ਲਈ ਜਾਂ ਕੁਝ ਕਰਾਉਣ ਦੀ ਲੋੜ ਨਹੀਂ ਇਹ ਜਿਹੜੀ ਬੇਇਮਾਨੀ ਕੀਤੀ ਸਾਡੇ ਆਪਣੀ ਲੀਡਰਸ਼ਿਪ ਨੇ ਕੀਤੀ ਹੈ ਤੇ ਕੀਤੀ ਆਪਣੇ ਆਪਣੇ ਪਰਿਵਾਰ ਪਾਲਣ ਲਈ ਕਿਉਂਕਿ ਜੇ ਪਰ ਤੁਸੀਂ ਤੁਸੀਂ ਗੱਲ ਜਿਹੜੀ ਕਹੀ ਉਹਦੇ 'ਚ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਜਿੱਤ ਕੇ ਕਿਉਂਕਿ ਉਸ ਸੰਵਿਧਾਨ ਦੇ ਤਹਿਤ 1925 ਦੇ ਤਹਿਤ ਜਿਹੜੀ ਉਹ ਆਉਂਦੀ ਆ ਉਹਦੇ 'ਚ ਫਿਰ ਚੇਂਜ ਕਿਵੇਂ ਕਰ ਲੋਗੇ ਜੀ ਨਾ ਉਹਦੇ 'ਚ ਚੇਂਜ ਕਰਨ ਦੀ ਲੋੜ ਹੀ ਨਹੀਂ ਇਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹ ਉਹਦੇ 'ਚ ਹੈ ਹੀ ਨਹੀਂ ਕਮੇਟੀ ਦੇ ਵਿੱਚ ਕਦੀ ਵੀ ਬਲਕਿ ਕਮੇਟੀ ਦਾ ਜਿਹੜਾ ਐਕਟ ਆ ਉਹਦੇ ਇਲਾਵਾ ਸੰਵਿਧਾਨ ਆ ਭਾਰਤ ਦਾ ਉਹਦੇ ਵਿੱਚ ਲਿਖਿਆ ਹੈ ਕਿ ਕਿਸੇ ਵੀ ਪੈਗੰਬਰ ਵੱਲੋਂ ਆਪਣੀ ਉਮਤ ਨੂੰ ਦਿੱਤਾ ਸਿਧਾਂਤ ਇਹ ਜਿਹੜਾ ਅਗਵਾਈ ਕਰਨ ਲਈ ਉਹਦੇ ਵਿੱਚ ਦਖਲ ਦਾ ਜੀ ਸਵਿਧਾਨ ਨਹੀਂ ਕਰੂਗਾ ਦੇਸ਼ ਦਾ ਜੇ ਕਰੂਗਾ ਇਹ ਉਹਦਾ ਆਪਣਾ ਅਪਮਾਨ ਹੋਊਗਾ ਉਥੇ ਗਰੰਟੀ ਨਾ ਖੈਰਿਆ ਇਹ ਜੋ ਕੁਝ ਕੀਤਾ ਸਾਡੇ ਲੀਡਰਾਂ ਨੇ ਕੀਤਾ ਸਾਨੂੰ ਐਕਟ ਨੂੰ ਛੇੜਛਾੜ ਕਰਨ ਦੀ ਕੋਈ ਲੋੜ ਨਹੀਂ ਜੋ ਕੁਝ ਹੁਣਾਂ ਕਾਲ ਤੱਕ ਤੋਂ ਹੋਣਾ ਕਿਉਂਕਿ ਇਹ ਕਾਲ ਤੱਕ ਤੇ ਇੱਕ ਸਿਧਾਂਤ ਆ ਅਕਾਲ ਤਖਤੇ ਅੱਜ ਬਾਦਲ ਨੂੰ ਬੁਲਾਇਆ ਜਾਵੇ ਜਾਂ ਉਸ ਡਰ ਤੋਂ ਬਾਦਲ ਬਚੇ ਦੋ ਦੇ ਲਈ ਜੋੜ ਤੋੜ ਕਰੇ ਕਦੀ ਗ੍ਰੰਥੀ ਨੂੰ ਹਟਾ ਕੇ ਦੀ ਬਣਾ ਤੇ ਇਹ ਐਕਟ ਵਿੱਚ ਤਾਂ ਨਹੀਂ ਲਿਖਿਆ ਇਹ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਇਹ ਗੱਲਾਂ ਨਹੀਂ ਲਿਖੀਆਂ ਪਰ ਹੁਣ ਤਾਂ ਇਹ ਸਾਡੀਆਂ ਪਰੰਪਰਾਵਾਂ ਨੇ ਅਕਾਲੀ ਦਲ ਦਾ ਪ੍ਰਧਾਨ ਹੀ ਕਰ ਰਿਹਾ ਨਾ ਸਾਰਾ ਕੁਝ ਦੇਖੋ ਜੀ ਕਬਜ਼ਾ ਹੀ ਉਹਦਾ ਅਕਾਲੀ ਦਲ ਤੇ ਕਬਜ਼ਾ ਹੋ ਗਿਆ ਕਮੇਟੀ ਤੇ ਹੋ ਗਿਆ ਹੁਣ ਕਮੇਟੀ ਜਿਤਨਾ ਤੁਸੀਂ ਕਿਹਾ 35 ਬਣਾਏ ਪਹਿਲਾਂ ਬੁਲਾਏ ਉਹਨਾਂ ਨੂੰ ਮਟਰ ਪੀਰ ਖਵਾਇਆ ਤੇ ਉਹ ਖੁਸ਼ ਹੋ ਗਏ ਉਹਨਾਂ ਜਿੰਦਗੀ ਜਿਵੇਂ ਮਟਰ ਪੀਰ ਖਾਦਾ ਹੀ ਨਾ ਹੋਵੇ ਉਹਨਾਂ ਵਿੱਚ ਉਹਨਾਂ ਦਾ ਸਰ ਗਿਆ ਕੰਮ ਕੀ ਹੋਇਆ ਜਦਰ ਸਾਹਿਬ ਇਹ ਲਾਲਚ ਆ ਗਿਆ ਕੀ ਹੋਇਆ ਕਿਉਂਕਿ ਜਿਹੜੀ ਜਿਹੜਾ ਇੱਕ ਬੜੇ ਦੋਸ਼ ਜਿਹੜੇ ਗੰਭੀਰ ਦੋਸ਼ ਮੈਂ ਕਹਿੰਦਾ ਇਸ ਇੱਕ ਉੱਚੀ ਸੀਟ ਇੱਕ ਧਾਰਮਿਕ ਅਹੁਦੇ ਦੇਤੇ ਉਹਨਾਂ ਦੇ ਤੇ ਇਥੋਂ ਤੱਕ ਲੱਗੇ ਕਿ ਡੰਗਰਾਂ ਦਾ ਵਪਾਰ ਜਿਹੜਾ ਜੀ ਉਹਨਾਂ ਦਾ ਪਰਿਵਾਰ ਕਰਦਾ ਇਹ ਕੀ ਲਾਲਚ ਹੈ ਜਿਹੜੇ ਹੁਣ ਚਰੋਮੇ ਦੇ ਮਗਰ ਕਰਦਾ ਦੇਖੋ ਇੱਕ ਗਊ ਰક્ષਕ ਬਣ ਕੇ ਤੇ ਖੋ ਕੇ ਕੁੱਟ ਕੇ ਗਰੀਬਾਂ ਨੂੰ ਤੇ ਉਹ ਗਊਆਂ ਖੋ ਕੇ ਆ ਵੇਚ ਦੇਣੀਆਂ ਇਹ ਤੰਦੇ ਕਰਦੇ ਰਹੇ ਨੇ ਇਦਾਂ ਦੇ ਵੀ ਲੱਗੇ ਮੈਂ ਨਾ ਇੱਕ ਤੁਹਾਨੂੰ ਮਿਸਾਲ ਦੇਣਾ ਜਦੋਂ ਆਵਾਜਪਾਈ ਸਾਹਿਬ ਬਣੇ ਪ੍ਰਾਈਮ ਮਿਨਿਸਟਰ ਉਦੋਂ ਇਲੈਕਸ਼ਨ ਹੋਈ ਜਿਹੜੀ ਉਹ ਚ ਲਾਲਪੁਰਾ ਸਾਹਿਬ ਜਿੱਤੇ ਤਰਨਤਾਰਨ ਸੀਟ ਲੋਕ ਸਭਾ ਪ੍ਰੇਮ ਸਿੰਘ ਲਾਲਪੁਰਾ ਤੋਂ ਲਾਲਪੁਰਾ ਜਦੋਂ ਦਿੱਲੀ ਗਿਆ ਤੇ ਉਦੋਂ ਪੁੱਤਰ ਮੋਹ ਦੇ ਅੰਤਰਗਤ ਬਾਦਲ ਨੇ ਆਵਾਜਪਾਈ ਸਾਹਿਬ ਨੂੰ ਕਿਹਾ ਜੀ ਸੁਖਵੀਰ ਸਾਹਿਬ ਨੂੰ ਕੋਈ ਬਣਾਓ ਹਾਂ ਤੋਂ ਲਾਲਪੁਰੇ ਨੇ ਇਹਨੂੰ ਕਿਹਾ ਕਿ ਮੇਰੇ ਪੁੱਤਰੇ ਦੇ ਸਮਾਨ ਆ ਸਾਡੀ ਇੱਕ ਦੇਣ ਆ ਅਕਾਲੀ ਦਲ ਨੂੰ ਅਸੀਂ ਪਾਰਟੀ ਲਈ ਸਫਰ ਕੀਤਾ ਅਸੀਂ ਮਾੜੇ ਚੰਗੇ ਦਿਨ ਦੇਖਿਆ ਤੂੰ ਇਹ ਕੱਲ ਦਾ ਸ਼ੁਕਰ ਹੈ ਕਾਲਜੋਂ ਨਿਕਲਿਆ ਤੂੰ ਇਹਨੂੰ ਮੇਰੇ ਸਿਰ ਤੇ ਬਿਠਾ ਰਿਆ ਹੂੰ ਉਹਨੇ ਝੁਰਤ ਨਾ ਕਿਹਾ ਹੂੰ ਇਹ ਨਾ ਉਹ ਨਹੀਂ ਦੇਖੋ ਜੀ ਉਹ ਫਿਰ ਉਹ ਪਾਰਟੀ ਜੋ ਚੁੰਦੀ ਹੈ ਜੀ ਪਾਰਟੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨੇ ਰਿਜ਼ਾਈਨ ਕਰਤਾ ਹੂੰ ਉਹਨੇ ਸੌ ਤੱਕ ਨਹੀਂ ਖਾਧੀ ਇਹ ਸੀ اخلاق ਇਹ اخلاق ਪਰ اخلاق ਵਾਲੇ ਬੰਦਿਆਂ ਨੂੰ ਉਥੇ ਥਾਂ ਹੈ ਨਹੀਂ ਹੂੰ ਇਹ ਇਹ ਤੁਸੀਂ ਜਿਹੜੀ ਉਹ ਪਤੇ ਦੀ ਗੱਲ ਜਿਹੜੀ 100 ਹੱਥ ਰੱਸਾ ਸਿਰੇ ਤੇ ਗੰਢ ਅੱਜ ਜਿਹੜੇ ਜ਼ਰੂਰਤ ਜਿਹੜੇ ਤੁਰਦਾ ਸਾਹਿਬ ਵਰਗੇ ਲਾਲਪੁਰਾ ਸਾਹਿਬ ਵਰਗੇ ਜਿਹੜੇ ਅਸਲ ਚ ਟਕਸਾਲੀ ਜਿਹੜੇ ਹੁਣ ਵੀ ਲਫ਼ਜ਼ ਆਉਂਦਾ ਟਕਸਾਲੀ ਇਹ ਟਕਸਾਲੀ ਨਹੀਂ ਜਿਹੜੇ ਮੌਜੂਦਾ ਨੇ ਇਹਨਾਂ ਦੇ ਤਾਂ ਆਪਣੇ ਪੁੱਤ ਜਿਹੜੇ ਨੇ ਬਿਲਕੁਲ ਜੀ ਔਰ ਇੱਕ ਛੋਟੀ ਜਿਹੀ ਬ੍ਰੇਕ ਉਸ ਤੋਂ ਬਾਅਦ ਅਸੀਂ ਜਿਹੜੀ ਵਾਪਸ ਆਉਣੇ ਆ ਉਹਨਾਂ ਟਕਸਾਲੀ ਜਿੱਥੋਂ ਗੱਲ ਜਸਵੰਤ ਸਿੰਘ ਸਾਹਿਬ ਨੇ ਜਿਹੜੀ ਉਹ ਛੱਡੀ ਆ ਇੱਥੋਂ ਦੁਬਾਰਾ ਸ਼ੁਰੂ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਕੋਰੀ ਫੇਰ ਬ੍ਰੇਕ ਤੋਂ ਬਾਅਦ ਔਰ ਭਾਈ ਰਣਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਫਾਇਰ ਲਾਈਨ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੱਲ ਉਹਨਾਂ ਨੇ ਜੋ ਹੀ ਸੀ ਧੂਕ ਦਿਨ ਪਹਿਲਾਂ ਦੀ ਚੱਲ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਸੱਦਿਆ ਗਿਆ ਔਰ ਬੜੇ ਬਾਗੋ ਬਾਗ ਨੇ ਕਿ ਅਸੀਂ ਮਟਰ ਪਨੀਰ ਜਿਹੜਾ ਉਹ ਖਾ ਕੇ ਆਏ ਆਂ ਔਰ ਅਸੀਂ ਘਰ ਪਹਿਲੀ ਵਾਰੀ ਅੰਦਰੋਂ ਦੇਖਿਆ ਅਕਾਲੀ ਦਲ ਦੇ ਜਿਹੜਾ ਉਹ ਪ੍ਰਧਾਨ ਦਾ ਉਹ ਇਸ ਗੱਲ ਦੇ ਵਾਸਤੇ ਖੁਸ਼ ਨੇ ਇੱਕ ਮਿਸਾਲ ਉਹਨਾਂ ਨੇ ਜਸਵੰਤ ਸਾਹਿਬ ਨੇ ਦਿੱਤੀ ਲਾਲਪੁਰਾ ਸਾਹਿਬ ਦੀ ਜਾਂ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਤੜ ਪਰਿਵਾਰ ਜਿਹੜਾ ਜੀ ਉਹ ਰਿਆ ਉੱਬੋ ਕੇ ਸਾਹਿਬ ਜਿਹੜੇ ਦੀ ਉਹ ਰਹੇ ਨੇ ਮਾਝੇ ਦੇ ਵਿੱਚ ਅੱਜ ਵੀ ਇਹਨਾਂ ਲੋਕਾਂ ਦੀ ਪੰਜਾਬ ਦੇ ਵਿੱਚ ਟਕਸਾਲੀ ਸਫਾਂ ਦੇ ਵਿੱਚ ਅੱਜ ਵੀ ਇਹਨਾਂ ਲੋਕਾਂ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਹੱਥ ਖੜਾ ਕਰਕੇ ਕੋਈ ਦੱਸੇ ਕਿ ਇਹਨਾਂ ਨੇ ਕੋਈ ਹੀਰਾ ਫੇਰੀ ਕੀਤੀ ਹੋਵੇ ਕੋਈ ਕਰਪਸ਼ਨ ਕਿਸੇ ਕਿਸਮ ਦੀ ਜਿਹੜੀ ਆ ਜੀ ਉਹ ਕੀਤੀ ਹੋਵੇ ਪਰ ਅੱਜ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਬਿਲਕੁਲ ਮੰਨਫੀ ਕਰ ਦਿੱਤੇ ਗਏ ਨੇ ਜੀ ਕੰਪਲੀਟਲੀ ਮੰਨਫੀ ਹੋ ਗਏ ਜੀ ਜਸਵੰਤ ਸਾਹਿਬ ਜਿਹੜੇ ਹੁਣ ਵੀ ਇਹ ਕਿਹਾ ਜਾਂਦਾ ਆਮ ਸਾਡੇ ਮੀਡੀਆ 'ਚ ਹੀ ਗੱਲ ਚੱਲਦੀ ਆ ਫਲਾਨੇ ਟਕਸਾਲੀ ਪਰਿਵਾਰ ਜਿਹੜੇ ਦੀ ਉਹਨਾਂ ਨੇ ਇਹ ਟਕਸਾਲੀ ਹੈਗੇ ਆ ਜਿਹੜੇ ਆ ਹੁਣ ਦੇ ਦੇਖੋ ਜਿਹੜੇ ਜਿਸ ਤਰ੍ਹਾਂ ਸੇਖਵਾ ਸਾਹਿਬ ਨੇ ਬ੍ਰਹਮਪੁਰਾ ਸਾਹਿਬ ਨੇ ਇਹ ਸੇਖਵਾ ਸਾਹਿਬ ਦੇ ਪਿਤਾ ਜੀ ਟਕਸਾਲੀ ਆਗੂ ਸੀਗੇ ਤੇ ਉਹਨਾਂ ਦੇ ਉਹਨਾਂ ਦੀ ਮੂਵਮੈਂਟ ਦੇ ਨਾਲ ਦੇਣ ਰਹੀ ਆ ਪਰ ਉਹਨਾਂ ਤੋਂ ਬਾਅਦ ਏ ਟੀਚਰ ਸੀਗੇ ਜਦੋਂ ਇਹਨਾਂ ਨੂੰ ਲੈ ਜਾਂਦਾ ਜਿਸ ਰਾਜ ਉਹ ਟੀਲਸਾ ਸਾਹਿਬ ਦੇ ਪੁੱਤਰ ਨੂੰ ਲੈ ਜਾਂਦਾ ਬਰਤਲ ਸਿੰਘ ਜਨਾਲੇ ਦੇ ਪੁੱਤਰ ਨੂੰ ਇਹ ਇੱਕ ਸਾਜਿਸ਼ ਸੀ ਨਾ ਮੁੰਡੇ ਲੈ ਆਓ ਬੋਲਣ ਦੇ ਓਕੇ ਨਾ ਰਹਿਣ ਅੱਜ ਵੀ ਅੱਜ ਵੀ ਤੁਸੀਂ ਦੇਖੋ ਸਾਰਿਆਂ ਦੇ ਪੁੱਤਰ ਆ ਗਏ ਨੇ ਪਰ ਇੰਨਾ ਚੰਗਾ ਪੁੱਤਰ ਅੱਜ ਪਿਓ ਦੇ ਨਾਲ ਨੇ ਹਾਂ ਪੁੱਤ ਮੋਜ ਤਾਂ ਫਸੇ ਛੱਡ ਗਏ ਨੀ ਇਹ ਜਹੇਦਾਰ ਸਾਹਿਬ ਜਿਹੜਾ ਹੁਣ ਆਹ ਸਾਰਾ ਘਟਨਾ ਕ੍ਰਮ ਹੋਇਆ ਲੋਕ ਇਹ ਜਾਣਣਾ ਜਿਹੜਾ ਜੀ ਉਹ ਚਾਹੁੰਦੇ ਆ ਇੱਕ ਤਾਂ ਚਿੱਠੀ ਆ ਗਈ ਉਹ ਲਿਖ ਕੇ ਦਿੱਤੀ ਮੁੜ ਕੇ ਆ ਗਿਆ ਜਹੇਦਾਰ ਸਾਹਿਬ ਉਹ ਮਸਕਰਾ ਰਹੇ ਆ ਇਹ ਨਹੀਂ ਸਮਝਾਈ ਵੀ ਇੱਕ ਦਿਨ ਪਹਿਲਾਂ ਤੱਕ ਉਹ ਗੱਭਰੂ ਸੀਗੇ ਤੰਦਰੁਸਤ ਸੀਗੇ ਫੇ ਇੱਕਦਮ ਬਿਮਾਰ ਹੋ ਜਾਂਦੇ ਆ ਬਢੇਪਾ ਜਿਹੜਾ ਜੀ ਉਹ ਕਹਿੰਦੇ ਕਿ ਹਾਵੀ ਹੋ ਗਿਆ ਹੁਣ ਮੈਂ ਜਿਹੜਾ ਨਹੀਂ ਇਦੇ ਪਿੱਛੇ ਅਸਲ ਦੇ ਵਿੱਚ ਕਹਾਣੀ ਕੀ ਹੈ ਜੀ ਅਸਲ 'ਚ ਪ੍ਰਕਾਸ਼ ਸਿੰਘ ਬਾਦਲ ਅੱਜ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਬਹੁਤ ਨਜ਼ਦੀਕੀ ਬੰਦਿਆ ਨਾਲ ਜਿਹੜੀ ਡਿਸਕਸ ਕਰਦਾ ਉਹਦੇ ਵਿੱਚ ਕੋਈ ਗੱਲ ਕਰ ਕਿ ਮੈਂ ਕਿਹੜੇ ਤਰੀਕੇ ਪਿੰਡ 'ਚ ਜਾ ਸਕਾਂ ਮੈਂ ਕਿਹੜਾ ਤਰੀਕਾ ਹੈ ਜਿਹਦੇ ਨਾਲ ਮੈਨੂੰ ਪਿੰਡ ਦੇ ਲੋਕ ਪਿੰਡ 'ਚ ਵੜਨ ਦੇਣ ਉਹ ਘਟੋ ਘਟ ਪਾਥੀਆਂ ਨਾਲ ਸੁੱਟਣ ਮੇਰੇ ਤੇ ਜੁੱਤੀਆਂ ਨਾਲ ਸੁੱਟਣ ਉਤਰੀ ਕਾਇਕ ਕੋ ਆ ਇਹਨਾਂ ਨੇ ਇਹਨਾਂ ਨੇ ਲੱਭਾ ਕੇ ਵੀ ਅਸੀਂ ਕਾਲ ਤੱਕ ਤੇ ਜਾਈਏ ਜਿਸ ਤਰ੍ਹਾਂ ਟੋੜੇ ਦੇ ਸਮੇਂ ਮਾਫੀ ਮੰਗੀ ਸੀ ਵੀ ਦੇਖ ਲੋ ਜੀ ਕਿਤੇ ਭੁੱਲ ਹੋ ਗਈ ਹੋਵੇ ਤੇ ਜਾਣੇ ਜਾਣੇ ਸਾਨੂੰ ਸਾਡੀ ਝੋਲੀ ਪਾ ਦਿੱਤੀ ਜਾਵੇ ਮਾਫੀ ਤਾਂ ਉਹ ਕਹਿਣ ਜੀ ਹਾਂ ਤੁਸੀਂ ਖੱਡ ਪਾਠ ਕਰਾਓ ਜੀ ਪਛਤਾਪ ਕਰੋ ਤੇ ਉੱਥੇ ਵੀ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚੋਂ ਜਲੇਬੀਆਂ ਖਵਾ ਕੇ ਕਾਲੀਆਂ ਨੂੰ ਤੇ ਕਾਨਫਰੰਸ ਕਰਕੇ ਤੇ ਕ੍ਰੀਚਟ ਲੈ ਕੇ ਬਾਹਰ ਪਰ ਇਹ 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 ਪ੍ਰਕਾਸ਼ ਸਿੰਘ ਬਾਦਲੇ ਭੁੱਲ ਚੁੱਕਾ ਕਿ ਇਹ ਵੱੱਜਰ ਗਲਤੀ ਆ ਇਹ ਪੰਥਕ ਰਵੈਤਾਂ ਦੇ ਵਿੱਚ ਇੱਕ ਵੱੱਜਰ ਗਲਤੀ ਆ ਜਿੰਨੂੰ ਜਿਸ ਗੁਨਾਹ ਨੂੰ ਭਾਵੇਂ ਉਹ ਜਥੇਦਾਰ ਕਾਲ ਤਖਤ ਖਾਣ ਵਾਲੇ ਗੁਰਬਚਨ ਸਿੰਘ ਦਾ ਹੋਵੇ ਇਸ ਤਰ੍ਹਾਂ ਭੁੱਲ ਚੁੱਕ ਖੇਮਾ ਜਿਹੜੀ ਉਹ ਝੋਲੀ ਚਲੀ ਪੈਣੀ ਇਹ ਪੰਥ ਅਕੇ ਪੇਸ਼ੀ ਹੋਣੀ ਆ ਤੇ ਪੰਥ ਅਕੇ ਜਵਾਬਦੇਹੀ ਹੋਣੀ ਆ ਉਹਦੇ ਵਿੱਚ ਦੁਨੀਆ ਨੇ ਦੇਖਣਾ ਉਹਦੇ ਵਿੱਚ ਤੁਹਾਡਾ ਜਵਾਬ ਕੀ ਆ ਤੁਸੀਂ ਇਹ ਕਿਸ ਸਵਾਰਥ ਲਈ ਕੀਤਾ ਗੁਨਾਹ ਕੀਤਾ ਜਿਹਦੇ ਲਈ ਸਿੱਖਾਂ ਨੂੰ ਆਪਣੇ ਖੂਨ ਦੀ ਆਹੋਤੀ ਦੇਣੀ ਪਈ ਆਪਣੇ ਬੱਚਿਆਂ ਦੀ ਕੀਮਤ ਦੇਣੀ ਪਈ ਜਾਨ ਕੀਮਤ ਦੇਣੀ ਪਈ ਤੁਸੀਂ ਢੀਠੋ ਕੇ ਅੱਜ ਫੇਰ ਮੰਗ ਰਹੇ ਇੱਕ ਬੱਚਾ ਹੋਰ ਦਿਓ ਜੀ ਮੈਨੂੰ ਬਸ ਕਾਲ ਤੱਕ ਤੇ ਤੁਸੀਂ ਮਰਜੀ ਬੜੇ ਬਣਾ ਕੇ ਮਰੋ ਕਾਲ ਤੱਕ ਦਾ ਮਿਸਯੂਜ਼ ਕਰੋ ਆਪਣੀ ਸਤਾ ਲੈਣ ਲਈ ਤੇ ਉਹ ਮਰਜੀ ਬੜਿਆਂ ਦਾ ਅੱਜ ਲੱਭੇ ਕੁਛ ਨਾ ਤੁਸੀਂ ਫੌਜੀਆਂ ਨੂੰ ਧਰਮੀ ਫੌਜੀਆਂ ਨੂੰ ਸਤੋ ਕਿ ਤੁਹਾਡਾ ਹਰਮੰਦਰ ਢਾਹਤਾ ਬੈਰ ਕਾ ਛਾਡੋ ਗੋਲੀਆਂ ਚਲਾ ਕੇ ਨਿਕਲਦੇ ਵਿੰਨੇ ਜਾਂਦੇ ਮਰ ਜਾਂਦੇ ਅੱਜ ਰਿਕਸ਼ੇ ਚਲਾਉਂਦੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਤੂੰ ਮੈਸੇਜ ਕਰੋ ਕਾਲ ਤੱਕ ਦਾ ਕਿਉਂਕਿ ਕਾਲ ਤੱਕ ਦਾ ਸਾਡੀਆਂ ਭਾਵਨਾ ਜੁੜੀਆਂ ਨੇ ਤੋ ਪ੍ਰਕਾਸ਼ ਸਿੰਘ ਬਾਦਲ ਅੱਜ ਇੱਕ ਮਾਫੀ ਲੈਣ ਲਈ ਜਿਹੜਾ ਰਾਹ ਲੱਭ ਰਿਹਾ ਕਿ ਨਵਾਂ ਗ੍ਰੰਥੀ ਲਿਆਊਗਾ ਉਹ 17 ਪੇਜ ਦੀ ਪੀਲੀ ਪੱਗ ਬਣਵਾ ਕੇ ਤੇ ਹਰਜੀ ਦੇਾਂਗੇ ਤੇ ਉਹ ਸਾਨੂੰ ਕਹੂਗਾ ਦੀਰਘ ਵਿਚਾਰ ਤੋਂ ਬਾਅਦ ਉਹ ਦੀਰਘ ਵਿਚਾਰ ਕਿਹੜੇ ਪੰਜਾਂ ਨਾ ਕਰੂਗਾ ਇੱਥੇ ਸਾਰੇ ਪਿਆਰੇ ਗਲੇ ਪਏ ਜਿਹੜਾ ਮਾਫੀਨਾਮਾ ਦਿੱਤਾ ਇਹਨੂੰ ਰਾਮ ਰਹੀਮ ਨੂੰ ਉਤੇ ਪੰਜਾਂ ਦੇ ਸਾਈਨ ਨੇ ਉਹ ਇੱਥੇ ਨੇ ਸੀਟ ਤੇ ਬੈਠੇ ਨੇ ਉਹ ਮੁਨਕਰ ਨਹੀਂ ਹੋ ਸਕਦੇ ਹਾਂ ਉਹ ਸੀਟ ਤੇ ਬੈਠੇ ਨੇ ਤਾਂ ਗਾ ਵੀ ਉਹਨਾਂ ਨਾਲ ਬੈਣਾ ਹਾਂ ਤੇ ਪੰਜੇ ਵੀ ਬਦਲ ਦੇਵੇ ਤੇ ਇਹਨੂੰ ਅਧਿਕਾਰ ਕੀ ਹੈ ਕਿ ਕਿਵੇਂ ਬਦਲ ਸਕਦਾ ਜਹਦਰ ਸਾਹਿਬ ਜਿਹੜੀਆਂ ਕੁਰਬਾਨੀਆਂ ਦੀ ਤੁਸੀਂ ਗੱਲ ਕਰਦੇ ਹੋ ਕਿ ਲਾਈਨ ਵਾਹ ਕੇ ਬਾਬਾ ਦੀਪ ਸਿੰਘ ਹੋਰਾਂ ਨੇ ਇਹ ਕਿਹਾ ਸੀ ਵੀ ਇੱਧਰ ਆ ਜਾਓ ਜਿਹੜੇ ਜਿਹੜੇ ਲੰਨ ਵਾਲੇ ਨੇ ਅੱਜ ਜਿਹੜੇ ਹਾਲਾਤ ਨੇ ਉਹ ਕਿਉਂ ਇਦਾਂ ਦੇ ਜਿਹੜਾ ਜੀ ਉਹ ਬਣ ਗਏ ਇੱਕ ਜਿਹੜਾ ਬੰਦਾ ਵੀਡੀਓ ਦੇ ਉੱਤੇ ਸਾਰਾ ਕੁਝ ਦੱਸਦਾ ਕਿ ਆਹਾਹਾ ਹੋਇਆ ਇਦਾਂ ਇਦਾਂ ਸਾਨੂੰ ਚਿੱਠੀ ਦਿੱਤੀ ਗਈ ਸਾਰਾ ਖੁਲਾਸਾ ਕਰਦਾ ਉਹਨੂੰ ਚੁੱਪ ਕਰਕੇ ਲਿਆ ਕੇ ਫਿਰ ਉੱਥੇ ਸੀਟ ਤੇ ਬਿਠਾ ਦਿੰਦਾ ਅੱਜ ਉਹ ਚੁੱਪਾ ਖਾਮੋਸ਼ ਹੈ ਲਾਲਚ ਹੈ ਡਰ ਹੈ ਕੀ ਹੈ ਇਹ ਅਸਲ ਚ ਜਿਹੜੇ ਜਿਹੜੇ ਹੱਕਦਾਰ ਨਹੀਂ ਸੀਗੇ ਲੋਕ ਜਿਨ੍ਹਾਂ ਦੀ ਅਵਸਾ ਜਾਂ ਜਿਨ੍ਹਾਂ ਦੀ ਦੇਣ ਜਾਂ ਜਿਨ੍ਹਾਂ ਦੀ ਸੇਵਾ ਉਹ ਉਹਨਾਂ ਨੂੰ ਇਹ ਇਸ ਥਾਂ ਤੇ ਨਹੀਂ ਸੀ ਬਿਠਾਉਂਦੇ ਉਹ ਡਿਪਲੋਮੇਸੀ ਨਾਲ ਉਹ ਇਹਨਾਂ ਨੇ ਹਾਸਲ ਤੁ ਜਾਣ ਬੁੱਝ ਕੇ ਉਹ ਲੱਭੇ ਜਾਂਦੇ ਆ ਲੱਬੇ ਕੀ ਜਾਂਦੇ ਉਹ ਆ ਆ ਬੈਠ ਜਾਂਦੇ ਨੇ ਬੈਠ ਜਾਂਦੇ ਨੇ ਠੱਕੇ ਨਾ ਬੈਠ ਜਾਂਦੇ ਨੇ ਹੁਣ ਤੁਸੀਂ ਦੇਖੋ ਕਿ ਹਰ ਸਿਮਰਤ ਦੇ ਵਿੱਚ ਕੀ ਗੋਣਿਆ ਉਹ ਬ੍ਰਹਮਪੁਰਾ ਸਾਹਿਬ ਵਰਗੇ ਬੁੱਢੇ ਆਦਮੀ ਜਿਹੜੇ ਨੇ 1.5 ਲੱਖ ਤੋਂ ਜਿੱਤਦੇ ਨੇ ਉਹਨੂੰ ਦਰਕਨਾਰ ਕਰਕੇ ਤੇ ਉਹ 17000 ਤੇ ਜਿੱਤੀ ਬੀਬੀ ਜਿਹੜੀ ਆ ਉਹ ਬਾਦਲ ਦੀ ਨੋ ਕਰਕੇ ਉਹ ਮinistr ਬਣਦੀ ਹੂੰ ਤੋ ਅੱਜ ਜਦੋਂ ਸਾਰੀ ਸਿੱਖ ਕੌਮ ਚਾਹੁੰਦੀ ਆ ਪਾਕਿਸਤਾਨ ਕਹਿ ਰਿਹਾ ਸੀ ਜ਼ਮੀਨ ਦੇ ਰਿਹਾ ਲਾਂਗਾ ਲੈ ਲੋ ਹੂੰ ਉਹ ਬੀਬੀ ਦਾ ਬੀਬੀ ਦਾ ਜਬਾਨ ਤੇ ਸੱਪ ਸੌਂ ਗਿਆ ਬੋਲਦੀ ਨਹੀਂ ਹੂੰ ਸੈਂਟਰ ਸਰਕਾਰ ਸਾਨੂੰ ਲਾਂਗਾ ਕਿਉਂ ਨਾ ਦੇਵੇ ਸਾਡੀ ਉਹ ਮੱਕਦਸ ਥਾਂ ਆ ਸਾਡਾ ਉਹ ਮੱਕਾ ਆ ਅਸੀਂ ਉੱਥੇ ਜਾਣਾ ਚਾਹੁੰਦੇ ਆ ਪਾਕਿਸਤਾਨ ਕਹਿ ਰਿਹਾ ਜਾਓ ਮਸ਼ਰਫ ਦੇ ਟਾਈਮ ਤੋਂ ਕਹਿ ਰਿਹਾ ਕਿ ਤੁਸੀਂ ਆਹ ਕਾਰਿਡੋਰ ਰਸਤਾ ਲੈ ਲਓ ਸੇਵਾਬ ਕਰੋ ਇਹ ਇਹ ਸਾਨੂੰ ਇੰਡੀਆ ਗਵਰਨਮੈਂਟ ਕਿਉਂ ਨਾ ਦੇਵੇ ਤੇ ਜੇ ਨਾ ਦੇਵੇ ਤਾਂ ਤੁਸੀਂ ਉੱਥੇ ਕੀ ਕਰਦੇ ਹੋ ਤੁਹਾਡੀ ਭਾਈ ਵਾਲੀ ਕਾਦੀ ਆ ਇਹ ਇਹ ਜਿਹੜੇ ਇਹ ਜਿਹੜੀਆਂ ਪੰਥ ਦੀਆਂ ਪ੍ਰੋਬਲਮ ਆਨੇ ਉਹਨਾਂ ਨੂੰ ਕੋਣ ਜਿੱਠੂਗਾ ਤੁਸੀਂ ਸਿਰਫ ਰਾਜ ਕਰਨ ਲਈਓ ਤੁਸੀਂ ਸਿਰਫ ਗੱਡੀਆਂ ਅੱਗੇ ਲਾ ਕੇ ਹੁੱਟਰ ਵਜਾਉਣ ਲਈਓ ਤਾਂ ਇਹ ਇਹ ਜਿਹੜਾ ਘਰ ਚ ਲੈ ਗਿਆ ਸਾਰਾ ਕੁਝ ਉਹ ਡਿਪਲੋਮੇਸੀ ਨਾਲ ਲੈ ਗਿਆ ਉਹ ਹੁਣ ਖਿਸਕਦਾ ਪਿਆ ਹੱਤਾ ਚ ਸਿੰਘ ਸਾਹਿਬ ਤੁਹਾਡੀਆਂ ਗੱਲਾਂ ਸਾਰੀਆਂ ਜਿਹੜੀਆਂ ਦੀ ਉਹ ਸਹੀ ਨੇ ਹੁਣ ਪ੍ਰੋਬਲਮ ਜਿਹੜੀ ਆ ਜੀ ਉਹ ਇਹ ਆ ਕਿ ਖਵਾਰ ਕਿੰਨੀ ਕੁ ਧੀਰ ਜਿਹੜਾ ਜੀ ਉਹ ਹੋਣਾ ਪਊਗਾ ਅੱਜ ਵੀ ਜਿੰਨੀਆਂ ਜਥੇਬੰਦੀਆਂ ਜਿਹੜੀਆਂ ਉਹ ਬਣੀਆਂ ਪਈਆਂ ਨੇ ਜਿਹੜੇ ਤਰੀਕੇ ਨਾਲ ਸਾਰਾ ਇਹ ਚੱਲ ਰਿਹਾ ਹੈ ਜਿਹੜਾ ਇੱਕ ਇੰਟੈਲੈਕਚੁਅਲ ਤਬਕਾ ਹੈ ਜਿਹੜਾ ਪੜਿਆ ਲਿਖਿਆ ਵਰਗ ਹੈ ਜਿਹੜਾ ਬੁੱਧੀਜੀਵੀ ਵਰਗ ਹੈ ਐਸੀ ਕੌਮ ਦਾ ਉਹ ਤਕਰੀਬਨ ਸਾਇਲੈਂਟ ਬੈਠਾ ਹੈ ਉਹ ਇਹਦੇ ਵਿੱਚ ਆਪਣੀ ਪਾਰਟਿਸਿਪੇਟ ਨਹੀਂ ਕਰਦਾ ਜੀ ਉਹ ਲੱਭਣ ਦੇ ਵਾਸਤੇ ਜਿਹੋ ਜਿਹੇ ਬੰਦੇ ਜਿਹੜੇ ਦੀ ਉਹ ਕੁਰਬਾਨੀ ਉਹਨਾਂ ਦੇ ਘਰੇ ਜਾ ਕੇ ਬੇਨਤੀ ਕੀਤੀ ਜਾਵੇ ਤੁਸੀਂ ਆਓ ਮੋਰੇ ਆਓ ਮੋਰੇ ਲੱਗੋ ਆ ਕੇ ਇਹਨੂੰ ਜਿਹੜਾ ਉਹ ਸੰਭਾਲੋ ਇਹ ਇਹ ਹੋਊਗਾ ਕੀ ਜੀ ਅਸਲ 'ਚ ਤੁਸੀਂ ਦੇਖੋ ਅੱਜ ਵੀ ਨਾ ਭਾਵੇਂ ਬਰਗਾੜੀ ਦੇ ਨਾਤੇ ਏਕਤਾ ਹੋ ਰਹੀ ਹੈ ਜੀ ਇਕੱਠ ਹੋ ਰਿਹਾ ਹੈ ਜੀ ਅਕਾਠ ਸਮਾਪਤ ਹੋਣ ਤੋਂ ਬਾਅਦ ਫੇਰ ਖੇਡ ਜਾਂਦੇ ਹੂੰ ਸਿਧਾਂਤ ਹੈ ਨਹੀਂ ਇੱਕ ਸਵਾਰਥ ਕੇ ਜਿੰਨੇ ਆਉਣਾ ਮੇਰੇ ਥਲੇ ਲੱਗੋ ਹੂੰ ਮੈਨੂੰ ਲੀਡਰ ਮੰਨੋ ਮੈਂ ਸਰਮੋਰ ਹਾਂ ਇਹ ਇਹ ਸਰਮੋਰ ਕੌਣ ਹੈ ਤੇ ਸੰਗਤ ਦੱਸੇ ਹੂੰ ਤੋ ਇਹ ਜਿਹੜੀਆਂ ਗੱਲਾਂ ਨੇ ਜਿਹੜਾ ਸਵਾਰਥ ਆ ਇਹ ਫਿਰ ਸਾਰਿਆਂ ਨੂੰ ਕਿ ਮੈਂ ਇਹ 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 ਗੱਲ ਜਿਹੜੀ ਹੈ ਬਾਹਰ ਬੈਠੇ ਲੋਕ ਉਹ ਇਹ ਵੀ ਉਠਾਉਂਦੇ ਆ ਕਿ ਤੁਸੀਂ ਵੀ ਉੱਥੇ ਨਹੀਂ ਗਏ ਬਰਗਾੜੀ ਦੇਖੋ ਮੈਂ ਇਹ ਇਥੇ ਦਮਦਮਾ ਸਾਹਿਬ ਇਕੱਠ ਹੋਇਆ ਲੱਖ ਦਾ ਜਦੋਂ ਰਾਮ ਰਹੀਮ ਨੇ ਇਹ ਬੁਰਕਾ ਪਾਇਆ ਆਪਣਾ ਸੁਲਬਾਸ ਪਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਉਹਦੇ ਚ ਅਗਵਾਈ ਕੀਤੀ ਬਾਬੇ ਤੁਮੇ ਨੇ ਮੈਂ ਉਦੋਂ ਵੀ ਨਹੀਂ ਗਿਆ ਮੈਨੂੰ ਪਤਾ ਸੀ ਇਹ ਚੋ ਨਿਕਲਣਾ ਕੁਛ ਨਹੀਂ ਇੱਕ ਖਵਾਰ ਕਰਨ ਦੇ ਨੇ ਸਿੱਖਾਂ ਨੂੰ ਉਦੋਂ ਬਾਅਦ ਗੁਰਬਖਸ਼ ਸਿੰਘ ਦਾ ਇੱਥੇ ਪੋਹ ਹੜਤਾਲ ਹੋਈ ਡਿਮਾਂਡ ਜਿਹੜੀ ਆ ਉਹ ਮੈਂ ਨਾ ਰੱਖਦੇ ਆ ਲੇਕਿਨ ਡਿਮਾਂਡ ਲਈ ਇਮਾਨਦਾਰੀ ਜਿਹੜੀ ਉਹ ਮੈਂ ਨਾ ਰੱਖਦੇ ਤਾਂ ਉਸ ਟਾਈਮ ਵੀ ਮੈਂ ਨਹੀਂ ਇੱਥੇ ਗਿਆ ਫਿਰ ਬਾਪੂ ਸੂਰ ਸਿੰਘ ਨੇ ਰੱਖਿਆ ਮੈਂ ਉੱਥੇ ਵੀ ਨਹੀਂ ਗਿਆ ਇੱਕ ਅੱਜ ਹੁਣ ਇਹ ਜਿਹੜਾ ਪਿਛਲਾ ਸਰਬਤ ਖਾਲਸਾ ਚ ਮੈਂ ਉੱਚ ਵੀ ਨਹੀਂ ਗਿਆ ਚੱਬੇ ਵਾਲਾ ਚੱਬੇ ਵਾਲਾ ਮੌਚ ਵੀ ਨਹੀਂ ਗਿਆ ਕੋਈ ਮੈਨੂੰ ਲੱਗਦਾ ਸੀ ਕਿ ਇਹ ਸਾਰਾ ਕੁਝ ਜਿਹੜਾ ਨਾ ਉਹ ਕਾਲੀ ਦੇ ਵਿੱਚ ਤੇ ਆਪਣੀ ਇੱਕ ਆਪਣੀ ਨਿੱਜੀ ਗੱਲ ਪਗਾਉਣ ਲਈ ਹੋ ਰਿਹਾ ਤੇ ਉਹ ਉਹਦੇ ਪਿੱਛੇ ਵੀ ਕੁਝ ਚਾਹੁੰਦੇ ਆ ਤੇ ਉਹਦੇ ਵਿੱਚ ਮੈਂ ਸਰਬਤ ਖਾਲਸਾ ਚ ਮੈਂ ਨਹੀਂ ਗਿਆ ਹਾਲਾਂਕਿ ਕਿਸੇ ਨੇ ਬੁਰਾ ਕਿਹਾ ਕਿ ਨੇ ਚੰਗਾ ਕਿਹਾ ਪਰ ਜਦੋਂ ਹੋ ਗਿਆ ਸਾਰਾ ਕੁਝ ਫਿਰ ਸਾਰੇ ਚੁੱਪ ਹੋ ਗਏ ਤੋ ਅੱਜ ਵੀ ਜਿਹੜਾ ਬਰਗਾੜੀ ਅਸੀਂ ਜਾਣਦੇ ਆ ਜਾਂ ਉੱਥੇ ਇਕੱਠ ਹੁੰਦਾ ਆ ਉਸ ਇਕੱਠ ਤੋਂ ਬਾਅਦ ਸਾਨੂੰ ਮਿਲਦਾ ਕੁਛ ਨਹੀਂ ਹੂੰ ਪ੍ਰੋਗਰਾਮ ਨਹੀਂ ਮਿਲਦਾ ਜਿਸ ਤਰ੍ਹਾਂ ਤੁਸੀਂ ਦੱਸਿਆ 20 ਕਿਲੋਮੀਟਰ ਦੇ ਵਿੱਚ ਸੰਗਤ ਹੀ ਸੰਗਤ ਉੱਥੇ ਰਣਜੀਤ ਸਿੰਘ ਦੀ ਕੀ ਘਾਟ ਹੈ ਜੇ ਕੋਈ ਤੁਹਾਡਾ ਪ੍ਰੋਗਰਾਮ ਆ ਸੰਗਤ ਉਹਨੂੰ ਸਿਰੇ ਚੜ੍ਹਨ ਲਈ ਸਿਰੇ ਲਾ ਦਿੰਦੀ ਗੱਲ ਨੂੰ ਹੂੰ ਹੇਠਲੀ ਉੱਤੇ ਲਿਆ ਦਿੰਦੀ ਆ ਤੇ ਫਿਰ ਉਥੇ ਰਜੀਤ ਸਿੰਘ ਦੇ ਕੀ ਘਟਿਆ ਤੁਹਾਨੂੰ ਲੱਗਦਾ ਕਿ ਇੰਨੇ ਲੋਕ ਚਾਹੇ ਉਹ ਚੱਬਾ ਸੀਗਾ ਇਕੱਟ ਚਾਹੇ ਸੱਤ ਵਾਲਾ 14 ਵਾਲਾ ਲੋਕ ਲੀਡਰ ਦੀ ਭਾਲ ਦੇ ਵਿੱਚ ਨੇ ਲੀਡਰ ਦੀ ਭਾਲ ਦੇ ਵਿੱਚ ਜਾਂ ਉਹ ਤੇ ਇਹ ਸਾਸ ਚਾਉਂਦੇ ਕਿ ਸਾਨੂੰ ਦਿਓ ਕੀ ਦੇ ਰਹੇ ਕੀ ਪ੍ਰੋਗਰਾਮ ਦੇ ਰਹੇ ਤੇ ਪ੍ਰੋਗਰਾਮ ਨਹੀਂ ਦਿੱਤਾ ਜਾ ਪ੍ਰੋਗਰਾਮ ਕੁਛ ਵੀ ਨਹੀਂਗਾ ਪ੍ਰੋਗਰਾਮ ਕਿਹੜਾ ਹੈਗਾ ਹਾਂਜੀ ਅਸੀਂ ਦੇਖੋ ਅਸੀਂ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ 3 ਸਾਲ ਸਾਨੂੰ ਹੋ ਗਏ ਬਰਗਾੜੀ ਕੇਸ ਨੂੰ ਦੇਖਦੇ ਆ ਤਿੰਨਾਂ ਸਾਲਾਂ ਚ ਜੇ ਅਸੀਂ ਨੇਕ ਨੀਅਤ ਨਾਲ ਇੱਕ ਟੀਮ ਬਣਾ ਕੇ ਪਿੰਡ ਪਿੰਡ ਫਿਰਦੇ ਕਿ ਸਾਡੀ ਅਸਲ ਸਮੱਸਿਆ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਹੈ ਪਰਿਵਾਰ ਦਾ ਇਹਨੂੰ ਅਸੀਂ ਲਾਉਣਾ ਚਾਹੁੰਦੇ ਤੁਸੀਂ ਸਾਡਾ ਸਹਿਯੋਗ ਦਿਓ ਤੋਂ ਸਾਡੇ ਨਾਲ 15 15 20 20 ਸਿੱਖ ਇੱਕ ਇੱਕ ਪਿੰਡ ਤੋਂ ਜੋੜਦੇ ਆ ਸਾਡੀ ਸਾਇਨਾ ਬਣੀ ਹੋਣੀ ਸੀ ਆਪਾਂ ਇੱਥੇ ਹੀ ਆਉਨੇ ਆ ਜੀ ਵਾਪਸ ਜਿਹੜਾ ਜੀ ਜਿਹਦੇ ਉੱਤੇ ਤੁਸੀਂ ਇਸ ਵੇਲੇ ਜਿਹੜਾ ਜੀ ਉਹ ਕੰਮ ਕਰ ਰਹੇ ਹੋ ਭਾਈ ਰਣਜੀਤ ਸਿੰਘ ਗੁਰੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਫਾਇਰ ਲਾਈਨ ਦੇ ਵਿੱਚ ਔਰ ਇੱਕ ਲਾਸਟ ਸੈਗਮੈਂਟ ਦੇ ਵਿੱਚ ਅਸੀਂ ਜਿਹੜਾ ਉਹਨਾਂ ਨੇ ਕਿਹਾ ਕਿ ਹੋਊਗਾ ਕੀ ਜਿਹੜੀ ਜਿਹੜਾ ਸਵਾਲ ਹੈ ਇਸ ਵੇਲੇ ਹਰੇਕ ਭਾਈਚਾਰੇ ਦੇ ਆਪਣੇ ਸਮੁੱਚੇ ਭਾਈਚਾਰੇ ਦੇ ਮਨਾਂ ਦੇ ਅੰਦਰ ਸਵਾਲ ਇਹੀ ਹੈ ਕੀ ਹੋਊਗਾ ਚੱਬੇ ਵਾਲਾ ਇਕੱਠ ਸੱਤ ਵਾਲਾ ਇਕੱਠ 14 ਵਾਲਾ ਇਕੱਠ ਇਕੱਠ ਇੱਕ ਹੋਰ ਜਾਂ ਇੱਕ ਹੋਰ ਸਰਬੱਤ ਖਾਲਸਾ ਦੀ ਗੱਲ ਜਿਹੜੀ ਆ ਜੀ ਉਹ ਚੱਲ ਰਹੀ ਹੈ ਕੀ ਉਸ ਸਮੱਸਿਆ ਦਾ ਹੱਲ ਹੋਊਗਾ ਸਰਕਾਰ ਪ੍ਰੈਸ਼ਰਾਈਜ਼ ਹੋਊਗੀ ਕੀ ਹੋਊਗਾ ਇਹਦੇ ਵਾਸਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤਾਂਗੇ स्वागत है जी ब्रेक ਤੋਂ ਬਾਅਦ ਇੱਕ ਵਾਰੀ ਫੇਰ ਫਾਇਰ ਲਾਈਨ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸ਼੍ਰੀ ਹਕਾਲਤਖਸਬ ਦੇ ਸਾਬਕਾ ਜੱਤੜ ਭਾਈ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਕਾਫੀ ਤੁਹਾਡੇ ਜਿਹੜੇ ਜੀ ਉਰਜਾਵੇਂ ਨੇ ਤੁਸੀਂ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਹੋ ਜਿਵੇਂ ਤੁਸੀਂ ਕਿਹਾ ਬ੍ਰਿਗਾੜੀ ਤੁਸੀਂ ਸਪਸ਼ਟੀਕਰਨ ਦਿੱਤਾ ਕਿ ਕੀ ਰੀਜ਼ਨ ਆ ਉੱਥੇ ਜਿਹੜਾ ਨਹੀਂ ਜਾਣਾ ਜੀ ਮੇਰੀ ਗੱਲ ਕਿ ਤੁਸੀਂ ਇਹ ਕਿਹਾ ਵੀ ਉਹ ਨਹੀਂ ਹੋਣਾ ਚਾਹੀਦਾ ਨਹੀਂ ਮੈਂ ਮੈਂ ਤਕਰੀਬਨ ਜਿੰਨਾ ਨੇ ਮੈਨੂੰ ਪੁੱਛਿਆ ਮੈਂ ਕਿਹਾ ਜਾਓ ਉਹ ਸਾਡੀ ਪਾਰਟੀ ਦੇ ਨਾਲ ਸੰਬੰਧਿਤ ਜਿੰਨੇ ਵੀ ਗਰੁੱਪ ਸੀਗੇ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਮੈਂ ਕਿਹਾ ਜਰੂਰ ਜਾਓ ਮੈਂ ਕਿਸੇ ਨੂੰ ਮਾਨਾ ਨਹੀਂ ਕੀਤਾ ਪਰ ਇਹ ਇਹਦੇ ਨਾਲ ਭਾਈ ਸਾਹਿਬ ਇੱਕ ਜੁਟਤਾ ਨਹੀਂ ਹੋ ਸਕਦਾ ਤੁਸੀਂ ਹੋਏ ਆਪਣੇ ਪੰਤਪ੍ਰੀ ਸਿੰਘ ਹੁਰੀ ਹੋਏ ਢੱਡਰੀਆਂ ਵਾਲੇ ਹੋਏ ਇਹ ਵੀ ਨਹੀਂ ਜਾ ਰਹੇ ਅਸਲ 'ਚ ਇੱਕ ਜੋੜਤਾ ਜਿਹੜੀ ਆ ਨਾ ਜੀ ਉਹ ਇੱਕ ਸਮਾਗਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਇਸ਼ੂ ਤੇ ਅਸੀਂ ਕਹੀਏ ਕਿ ਹੋ ਜਾਓਗੇ ਨਹੀਂ ਹੁੰਦੇ ਵੀ ਉੱਥੇ ਜਾਵਾਂਗੇ ਭਾਸ਼ਣ ਕਰਕੇ ਘਰ ਨੂੰ ਆ ਜਾਾਂਗੇ ਇੱਕ ਜੁਟਤਾ ਕਿਸ ਤਰ੍ਹਾਂ ਹੋਏ ਪ੍ਰੋਗਰਾਮ ਦੇਣਾ ਪਊ ਪ੍ਰੋਗਰਾਮ ਦੇਣਾ ਪਊ ਪ੍ਰੋਗਰਾਮ ਦੇਣਾ ਪਊ ਇਮਾਨਦਾਰੀ ਦੇ ਨਾਲ ਜਿਹਦੇ ਨਾਲ ਸਾਡਾ ਮਸਲਾ ਹੱਲ ਹੋ ਜਵੇ ਅਸੀਂ ਭੱਜਣਾ ਸੀ ਨਾ ਰਹੀਏ ਇਹ ਇਹ ਸਵਾਲ ਜਿਹੜਾ ਨਾ ਦੀ ਉਹ ਫਿਰ ਆ ਕਮਾਹ ਫਰਾ ਕੇ ਉੱਥੇ ਜਿਹੜਾ ਜੀ ਆ ਜਾਂਦਾ ਕੀ ਇਹ ਪੋਸੀਬਲ ਹੈ ਜੀ ਕਿ ਇਹ ਬਦਲਿਆ ਜਾ ਸਕੇ ਢਾਂਚਾ ਜਿਹੜਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਬਿਲਕੁਲ ਬਿਲਕੁਲ ਕਿਵੇਂ ਦੇਖੋ ਮੈਂ ਮੇਰੇ ਕੋਲ ਵੋਟਾਂ ਦੇ ਅੰਕੜੇ ਨੇ ਸਾਡੀ ਵੋਟ ਨਹੀਂ ਬਣੀ ਅਸੀਂ ਪੰਥਕ ਮੋਰਚਾ ਬਣਾ ਕੇ ਲੜੀ ਸਾਡੀ ਵੋਟ ਨਹੀਂ ਬਣੀ ਸਾਡੀ ਏਕਤਾ ਨਹੀਂ ਆ ਜੀ ਪੰਜ ਛੇ ਗੁਰਪਾਚ ਲੜੀ ਉੱਪਰਲੇ ਗਰੁੱਪਾਂ ਨੇ ਆਪਣੇ ਆਪਣੇ ਹਿੱਸੇ ਵੰਡ ਲਏ ਆਪਣੇ ਆਪਣੇ ਕੋਟੇ ਲੈ ਲਏ ਆਪਣੀ ਮਰਜ਼ੀ ਨਾਲ ਕੈਂਡੀਡੇਟ ਛੋਟੇ ਥੱਲੇ ਕੈਂਡੀਡੇਟਾਂ ਨੂੰ ਥੱਲੇ ਕਿਹਨੇ ਝੱਲਿਆ ਨਹੀਂ ਕਿਉਂਕਿ ਆਪਣੀ ਆਪਣੀ ਮਰਜ਼ੀ ਨਾਲ ਹਰੇਕ ਗਰੁੱਪ ਨੇ ਦਿੱਤੇ ਪੈਸਾ ਉਹਨਾਂ ਤੇ ਲੱਗਾ ਨਹੀਂ ਪ੍ਰਚਾਰ ਹੋ ਨਹੀਂ ਸਕਿਆ 20 ਦਿਨ ਸਾਨੂੰ ਦਿੱਤੇ ਇਲੈਕਸ਼ਨ ਲੜਨ ਲਈ ਫਿਰ ਵੀ ਸਾਨੂੰ 43% ਵੋਟ ਮਿਲੀ ਬਾਦਲ ਨੇ ਵੋਟਾਂ ਬਣਵਾਈਆਂ ਆਪਣੀਆਂ 55 ਲੱਖ ਟੋਟਲ ਵੋਟ ਬਣੇ 45% ਪੋਲਿੰਗ ਹੋਈ 55% ਸਿੱਖਾਂ ਨੇ ਪੋਲ ਨੇ ਕੀਤੀ ਸਾਢੇ 23 ਲੱਖ ਵੋਟ ਟੋਟਲ ਪੋਲ ਹੋਈ 14 ਲੱਖ ਬਾਦਲ ਨੂੰ ਮਿਲੀ 9 ਲੱਖ ਸਾਨੂੰ ਮਿਲੀ ਤੇ ਉਦੋਂ ਬਾਦਲ ਦਾ ਇਹ ਨੰਗ ਜਿਹੜਾ ਸਾਹਮਣੇ ਨਹੀਂ ਸੀ ਆਇਆ ਲੋਕਾਂ ਦੇ ਅੱਜ ਸਭ ਕੁਝ ਸਾਹਮਣੇ ਆ ਚੁੱਕਾ ਹੈ ਅੱਜ ਤੁਹਾਨੂੰ 1% ਸਿੱਖ ਨਹੀਂ ਤੁਹਾਨੂੰ 5% ਲਾ ਲਓ 5% ਸਿੱਖ ਨਹੀਂ ਲੱਭਦੇ ਜਿਹੜੇ ਬਾਦਲ ਦੀ ਮਹਿਮਾ ਗਾਉਂਦੇ ਹੋਣ ਸਾਰੇ ਵਿਰੋਧ ਨੇ ਔਰ ਸਾਰੇ ਚਾਹੁੰਦੇ ਨੇ ਕਿ ਇਸ ਬੰਦੇ ਨੇ ਗੁਰੂ ਘਰ ਦੀ ਮਰਿਆਦਾ ਨਹੀਂ ਛੱਡੀ ਗੁਰੂ ਘਰ ਦਾ ਪੈਸਾ ਨਹੀਂ ਛੱਡਿਆ ਗੁਰੂ ਘਰ ਦੀਆਂ ਜਾਇਦਾਦਾਂ ਨਹੀਂ ਛੱਡੀਆਂ ਜਿਹੜਾ ਦਸਵੰਦ ਦੀ ਪ੍ਰਥਾ ਤੇ ਜਿਹੜੇ ਕਾਰਜ ਸੀਗੇ ਉਹ ਨਹੀਂ ਕੀਤੇ ਤੋ ਸਾਡੇ ਗੁਰੂ ਦਾ ਮੂੰਹ ਚੜਾਇਆ ਇਸਨੇ ਜਿਹੜਾ ਇੱਕ ਪਹਿਲੀ ਵਾਰ ਹੀ ਹੋਇਆ ਪੰਨੂ ਸਾਹਿਬ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਹੋਵੇ ਸਿੱਖ ਮਰੇ ਹੋਣ ਤੇ ਉਹਦਾ ਵਿਰੋਧ ਅਕਾਲ ਤਖਤ ਦੀ ਪਲੇਟਫਾਰਮ ਤੋਂ ਹੋਵੇ ਉਹਦਾ ਵਿਰੋਧ ਕਾਲੀ ਦਲ ਦੀ ਸਟੇਜ ਤੋਂ ਹੋਵੇ ਉਹ ਖਾਲੀਦਲ ਉਹਦੇ ਆਪਣੇ ਲੀਡਰ ਨੂੰ ਬਚਾਉਣ ਲਈ ਧਰਨੇ ਦੇਣ ਤੇ ਪੁੱਤਰੇ ਸਾੜਨ ਉਹਦਾ ਵਿਰੋਧ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਹੋਵੇ ਪ੍ਰਬੰਧਕ ਕਮੇਟੀ ਕਦੀ ਕਰੋੜ ਰੁਪਇਆ ਦੇ ਰਹੀ ਕਿ ਬਹੁਤ ਚੰਗਾ ਫੈਸਲਾ ਸੀ ਸਿੰਘਾਂ ਦਾ ਸਿੰਘ ਸਾਹਿਬ ਦਾ ਕਦੀ ਕਹਿ ਰਹੀ ਕਿ ਇਹ ਰঞ্জੀਤ ਸਿੰਘ ਕਮਿਸ਼ਨ ਦੇ ਸਾਹਮਣੇ ਪ੍ਰਧਾਨ ਪੇਸ਼ ਨਹੀਂ ਹੋ ਸਕਦਾ ਕਿਉਂਕਿ ਪ੍ਰੂਫ ਦੇਣੇ ਪੈਣੇ ਰਿਕਾਰਡ ਦੇਣਾ ਪੈਣਾ ਉਮੈਤ ਉਹ ਨੋਟੋਂ ਵੀ ਦੱਸਿਆ ਹੈ ਕਿ ਰਿਕਾਰਡ ਦੇਖ ਕੇ ਕੇਰ ਸਿੰਘ ਨੂੰ ਉਹਨਾਂ ਫਾਇਲ ਹੋਇਆ ਬਿਲਕੁਲ ਤੁਸੀਂ ਉਹਦਾ ਪੁਆਇੰਟ ਦੱਸਿਆ ਪਰ ਇਹ ਇਹ ਜਿਹੜਾ ਸਿੱਖ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਇਹਦੇ ਵਿੱਚ ਸਹਿਯੋਗ ਦੇਣ ਦੀ ਥਾਂ ਤੁਸੀਂ ਵਿਰੋਧ ਕਰ ਰਹੇ ਹੋ ਤਾਂ ਕੀ وجہ ਜਿਹੜੇ ਹੁਣ ਮਦਦ ਸਰਕਾਰ ਕਰਦੀ ਫਿਰਦੀ ਹੈ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਥੇਰ ਪਹਿਲਾਂ ਕਰ ਦੇਣਾ ਚਾਹੀਦਾ ਸੀ ਕਰਨਾ ਚਾਹੀਦਾ ਸੀ ਅੱਜ ਅੱਜ ਫਿਰ ਉਹ ਉਹੀ ਕਮੇਟੀ ਕਹਿ ਰਹੀ ਆ ਕਿ ਇਹ ਫੈਸਲਾ ਗਲਤ ਲਿਆ ਗਿਆ ਅੱਜ ਫਿਰ ਐਗਜ਼ੈਕਟਿਵ ਚ ਪਾਸ ਹੋਇਆ ਕਿ ਸਿੰਘ ਸਾਹਿਬ ਨੇ ਜਿਹੜਾ ਰਾਮ ਰੇਮ ਨੂੰ ਛੱਡਿਆ ਫੈਸਲਾ ਗਲ ਸੀ ਹੂੰ ਆ ਬਾਦਲ ਤੇ ਕਿਉਂ ਦੋਸ਼ ਦੇ ਬੀ ਲਿਖ ਰਿਹਾ ਹੈ ਬਾਦਲ ਬੁਰਾ ਬੁਰਾ ਨਹੀਂ ਬੁਰੇ ਦੀ ਮਾਂ ਨੂੰ ਮਾਰੋ ਹੂੰ ਜੋ ਮਾਫੀ ਦਉਣ ਵਾਲੇ ਦਾ ਬਾਦਲ ਪਰਿਵਾਰ ਹੂੰ ਤੇ ਤੁਸੀਂ ਅੱਜ ਹੁਕਮਨਾਮਾ ਜਾਰੀ ਦੇ ਕਰ ਰਹੇ ਤੇ ਇਹਦੇ ਖਿਲਾਫ ਇਹਨੂੰ ਹਟਾਉਣ ਲਈ ਤੇ ਪ੍ਰੈਸ਼ਰ ਬਿਲਡ ਕਰਨ ਲਈ ਹੂੰ ਤੋਂ ਬਰਾਬਰ ਦਾ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਆ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਨਾਲ ਦੇਖੋ ਜਦੋਂ ਉਏ ਲਲਕਾਰਾ ਮਾਰਦਾ ਕਿ ਫੜ ਲੋ ਇਹਨੂੰ ਜਾਣਨਾ ਦੇਉ ਤੇ ਉੱਤੇ ਬਰਾਬਰ ਦੀ ਸਜ਼ਾ ਲੱਗਦੀ ਉਹ ਹੁੰਦੀ ਹੈ ਉਹਨੂੰ ਕੈਦ ਹੁੰਦੀ ਹੈ ਤੇ ਇਹ ਪ੍ਰਕਾਸ਼ ਸਿੰਘ ਬਾਦਲ ਇਸ਼ਾਰਾ ਕਰਕੇ ਆਪਣੇ ਕੰਮ ਕਰਵਾਵੇ ਤੇ ਉਹਨਾਂ ਨੂੰ ਆਪਣਾ ਨੌਕਰ ਸਮਝੇ ਤੋ ਇਹ ਸਾਰੀ ਪਵਾੜੇ ਦੀ ਜੜ ਪ੍ਰਕਾਸ਼ ਸਿੰਘ ਬਾਦਲ ਆ ਜਿਨੇ ਕਮੇਟੀ ਤੇ ਆਪਣਾ ਕਬਜ਼ਾ ਕੀਤਾ ਤੁਸੀਂ ਤੁਸੀਂ ਜਾ ਰਹੇ ਹੋ ਪਿੰਡੋਂ ਪਿੰਡੀ ਹੁਣ ਲਾਸਟ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਜੇ ਕੋਈ ਉਹਨਾਂ ਨੂੰ ਲੱਗੂਗਾ ਕਿ ਵਧੀਆ ਜਿਹੜਾ ਜੀ ਵਿਅਕਤੀ ਆ ਰਿਹਾ ਸਿਸਟਮੈਟਿਕਲੀ ਆ ਰਿਹਾ ਇੱਕ ਗੱਲ ਉਹਨੇ ਕਹੀ ਕਿ ਉਹ ਰੈਡਿਕਲ ਨਹੀਂਗਾ ਜੀ ਜੀ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹਨੇ ਕਿਹਾ ਮੈਂ ਮਦਦ ਕਰੂੰਗਾ ਕਾਂਗਰਸ ਤਾਂ ਮਦਦ ਨਹੀਂ ਕਰੂਗੀ ਜੇ ਇਸ ਤਰ੍ਹਾਂ ਦੀ ਮਦਦ ਤੁਹਾਨੂੰ ਮਿਲਦੀ ਆ ਜਿਹੜਾ ਤੁਸੀਂ ਬਣਾ ਕੇ ਚੱਲੇ ਹੋ ਪੰਥਕ ਇੱਕ ਜਿਹੜਾ ਨਵਾਂ ਹੈ ਜੀ ਪੰਥਕ ਲਹਿਰ ਨਾਮ ਦੀ ਜਿਹੜੀ ਆ ਪੰਥਕ ਅਕਾਲੀ ਲਹਿਰ ਪਿੰਡੋਂ ਪਿੰਡੀ ਤੁਸੀਂ ਜਾ ਰਹੇ ਹੋ ਕਿ ਸਰਕਾਰ ਦੀ ਜਾਂ ਸਰਕਾਰ ਦੀ ਛੱਡੋ ਮੁੱਖ ਮੰਤਰੀ ਸਾਹਿਬ ਦੀ ਮਦਦ ਲਓਗੇ ਤੁਸੀਂ ਦੇਖੋ ਜੀ ਸਾਡੇ ਸਾਡੇ ਵਿਰੋਧ ਦੇ ਵਿੱਚ ਨਾ ਜਾਣ ਜਿਤਨਾ ਪਹਿਲਾਂ ਗਏ ਸਪੋਰਟ ਕਰਨ ਜਾਂ ਨਾ ਕਰਨ ਸਾਨੂੰ ਨਹੀਂ ਫਰਕ ਪੈਂਦਾ ਸਾਡੇ ਵਿਰੋਧ ਚ ਨਾ ਜਾਣ ਕਿਉਂਕਿ ਜਦੋਂ ਇਲੈਕਸ਼ਨ ਕਮਿਸ਼ਨ ਨਿਯੁਕਤ ਹੁੰਦਾ ਹੈ ਉਦੋਂ ਸਾਡਾ ਨਾਸ ਹੋ ਜਾਂਦਾ ਉਹ ਬਾਦਲ ਦੀ ਮਰਜ਼ੀ ਦਾ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਇੱਕ ਟਾਈਮ ਫਿਰ ਤੇ ਇਲੈਕਸ਼ਨ ਹੋ ਜਾਣ ਇੱਕ ਜਿਹੜਾ ਸਾਡੇ ਸਾਡੇ ਨਾਲ ਇਹਨਾਂ ਧੱਕਾ ਨਾ ਹੋਵੇ ਸਾਡੀ ਵੋਟ ਹੀ ਨਾ ਬਣ ਦਿੱਤੀ ਜਾਵੇ ਸਾਡਾ ਵਿਰੋਧ ਨਾ ਹੋਵੇ ਘਟੋ ਘਟ ਸੈਂਟਰ ਦੇ ਵਿੱਚ ਬੀਜੇਪੀ ਆ ਉਹ ਅਕਾਲੀਆਂ ਦੀ ਭਾਈਵਾਲ ਤੁਹਾਨੂੰ ਲੱਗਦਾ ਕਿ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਇਲੈਕਸ਼ਨ ਨੇੜ ਭੇਖ ਚ ਹੋਣ ਦੇਊਗੀ ਜਿੰਨੀ ਦੇਰ ਤੱਕ ਦੇਖੋ ਨਾ ਹੋਣ ਦੇਵੇ ਉਹਦਾ ਭੇਖ ਕਿਹੜਾ 4 ਮਹੀਨਿਆਂ ਦਾ ਉਹਦਾ ਆਪਣਾ ਭੇਖ ਆ ਸਾਨੂੰ ਨਹੀਂ ਕੋਈ ਪਰਵਾਹ ਅਸੀਂ ਜਦੋਂ ਆਪਣੀ ਸਟ੍ਰੈਂਥ ਬਣਾ ਲਈ ਅਸੀਂ ਅਸੀਂ ਗੱਲ 'ਚ ਸਾਫਾ ਪਾ ਕੇ ਇਲੈਕਸ਼ਨ ਕਰਵਾ ਸਕਦੇ ਹਾਂ ਸਾਨੂੰ ਪਤਾ ਜੀ ਇਹ ਪੰਜਾਬ ਦੀ ਸਿੱਤੀ ਹੈ ਬਹੁਤ ਮਿਹਰਬਾਨੀ ਭਾਈ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਇੱਕ ਵਾਰੀ ਫੇਰ ਉਸੇ ਹੀ ਬੇਬਾਕੀ ਦੇ ਨਾਲ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਦਿੱਤੇ ਔਰ ਤੁਹਾਡੇ ਔਰ ਤੁਹਾਡੇ ਵਰਗੇ ਲੋਕਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਵੈਗੁਰ ਜੀ ਕਾਲਸਾ ਵੈਗੁਰ ਜੀ ਸੰਦੀਪ 아이ਰਨਜੀਤ ਸਿੰਘ ਜਿਹੜੇ ਕਸ਼ਰੀ ਕਾਲਤਖ ਸਾਹਿਬ ਦੇ ਸਾਬਕਾ ਜਥੇਦਾਰ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਪੰਥਕ ਅਕਾਲੀ ਲਹਿਰ ਦੇ ਨਾਮ ਦੇ ਥੱਲੇ ਉਹ ਪਿੰਡੋਂ ਪਿੰਡੀ ਜਿਹੜਾ ਦੀ ਉਹ ਜਾ ਰਹੇ ਨੇ ਕਿੰਨਾ ਬਦਲਾਅ ਲਿਆ ਸਕਣਗੇ ਕੀ ਹੋਊਗਾ ਇੰਨਾ ਲੱਗਦਾ ਹੈ ਕਿ ਹਰ ਦਿਨ ਹਰ ਘੰਟੇ ਜਿਹੜਾ ਜੀ ਉਹ ਸਥਿਤੀ ਬਦਲਦੀ ਜਿਹੜੀ ਉਹ ਜਾ ਰਹੀ ਹੈ ਔਰ ਜੋ ਕੁਝ ਆ ਪਿਛਲੇ ਦਿਨਾਂ ਦੇ ਵਿੱਚ ਹੋਇਆ ਹੈ ਅਕਾਲ ਤੱਕ ਤੇ ਜੱਦਦਾਰ ਦਾ ਅਸਤੀਫਾ ਨਵਾਂ ਕੌਣ ਆਉਂਦਾ ਉਹਦੇ ਮੂਹਰੇ ਪੇਸ਼ ਹੁੰਦੇ ਆ ਕੀ ਉਹਦਾ ਐਕਸ਼ਨ ਰਿਐਕਸ਼ਨ ਹੁੰਦਾ ਇਹ ਆਉਣ ਵਾਲੇ ਦਿਨ ਜਿਹੜੇ ਜੀ ਉਹ ਦੱਸਣਗੇ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਇੱਕ ਵਾਰੀ ਫਿਰ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਤਦ ਤੱਕ ਲਈ ਇਜਾਜ਼ਤ ਦਿਓ ਜੀ ਧੰਨਵਾਦ ਸੱਚੀ ਗੱਲ